ਫੇਸਬੁੱਕ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਵੀਜ਼ਾ ਅਪਡੇਟਸ, ਜਿਵੇਂ ਕਿ ਤੁਸੀਂ ਟੌਪਿਕ ਜੋ ਲਿਖਿਆ ਜੋ ਪਾਇਆ, ਸੋ ਬੇਸਿਕਲੀ ਕਿਹੜੀਆਂ ਅਪਡੇਟਸ, ਕਿਹੜੀ ਚੀਜ਼ ਦੇ ਬਾਰੇ ਅਸੀਂ ਅੱਜ ਗੱਲ ਕਰਨਾ ਚਾਹੁੰਦੇ ਹਾਂ। ਪਿਛਲੇ 2 ਮਹੀਨਿਆਂ ਤੋਂ ਜੇ ਦੇਖ ਲਈਏ ਤਾਂ ਕੈਨੇਡਾ ਦਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵਧਿਆ ਹੋਇਆ। ਫਾਈਲ ਲੌਜਮੈਂਟ ਅਸੀਂ 2 ਮਹੀਨੇ ਪਹਿਲਾਂ ਤੋਂ ਬੜੀ ਸਲੋ ਕਰਤੀ ਫਾਈਲ ਲੌਜਮੈਂਟ। ਬਹੁਤ ਸਾਰੇ ਕੰਸਲਟੈਂਟਸ, ਬਹੁਤ ਸਾਰੇ ਸਟੂਡੈਂਟਸ ਇੱਥੋਂ ਤੱਕ ਵੀ ਕਹਿਣਾ ਸ਼ੁਰੂ ਕਰਤਾ ਕਿ ਯਾਰ ਨਹੀਂ ਤੁਹਾਡੇ ਤੋਂ ਫਾਈਲ ਲੱਗਦੀ ਤੁਸੀਂ ਸਾਨੂੰ ਦੇ ਦਿਓ। ਦੇਖੋ, ਕੋਈ ਵੀ ਐਮਬੈਸੀ, ਕੋਈ ਵੀ ਕੰਟਰੀ ਦੀ ਐਮਬੈਸੀ ਜਿਹੜਾ ਵੀਜ਼ਾ ਗ੍ਰਾਂਟ ਕਰਦੀ ਹੈ ਜਾਂ ਵੀਜ਼ਾ ਰਿਫਿਊਜ਼ ਕਰਦੀ ਹੈ, ਇਹ ਵੀਜ਼ੇ ਦਾ ਜਿਹੜਾ ਉਹਨਾਂ ਦਾ ਤਰੀਕਾ ਹੈ, ਇਹ ਵੀਜ਼ੇ ਦੀ ਜਿਹੜੀ ਪੋਲਿਸੀ ਹੈ, ਇਸ ਵੀਜ਼ੇ ਦੇਣ ਦੀ ਜਿਹੜਾ ਉਹਨਾਂ ਦੇ ਆਪਣੇ ਟਾਰਗੇਟਸ ਨੇ, ਇਹ ਕਦੀ ਵੀ ਕਿਸੇ ਅਖਬਾਰ 'ਚ ਛਪ ਕੇ ਵੀਜ਼ੇ ਲੱਗਣੇ ਬੰਦ ਨਹੀਂ ਹੁੰਦੇ ਜਾਂ ਕਿਸੇ ਅਖਬਾਰ 'ਚ ਛਪ ਕੇ ਵੀਜ਼ੇ ਲੱਗਣੇ ਸ਼ੁਰੂ ਨਹੀਂ ਹੁੰਦੇ। ਪੋਲਿਸੀ ਵੱਲੋਂ ਕੈਨੇਡਾ ਨੇ ਕੋਈ ਪੋਲਿਸੀ ਚੇਂਜ ਨਹੀਂ ਕੀਤੀ। ਪਿਛਲੇ 15 ਦਿਨ ਤੋਂ ਮੈਂ ਕੈਨੇਡਾ ਦੇ ਵਿੱਚ ਹਾਂ, ਵੱਖਰੇ ਵੱਖਰੇ ਕਾਲਜਿਸ ਨੂੰ ਮਿਲਿਆ। ਇੱਥੇ ਡੋਮੈਸਟਿਕ ਲੈਵਲ 'ਤੇ ਜਿਹੜੇ ਏਜੰਟਸ ਕੰਮ ਕਰਦੇ ਆ, ਬਹੁਤ ਸਾਰੇ ਏਜੰਟਸ ਨੂੰ ਮਿਲਿਆ। ਗੱਲਾਂ ਉਹੀ ਪੰਜਾਬ ਵਾਲੀਆਂ ਹੀ ਨੇ। ਬਹੁਤ ਸਾਰੇ ਲੋਕਾਂ ਨੂੰ ਗੱਲ ਕਰਨ ਤੋਂ ਬਾਅਦ ਜਦੋਂ ਪੁੱਛੀਦਾ ਕਿ ਹਾਂਜੀ ਵੀਜ਼ਾ ਸਕਸੈਸ ਰੇਟ ਕੀ ਚੱਲ ਰਿਹਾ, ਕਿਉਂਕਿ ਇੱਥੇ ਬੈਠੇ ਬਹੁਤ ਸਾਰੇ ਕੰਸਲਟੈਂਟ ਵੀ ਪੰਜਾਬ ਦੇ ਵੱਖਰੇ ਵੱਖਰੇ ਏਜੰਟਾਂ ਨਾਲ ਕੰਮ ਕਰਦੇ ਆ ਜਾਂ ਡਾਇਰੈਕਟ ਐਪਲੀਕੇਸ਼ਨਸ ਵੀ ਕਰਦੇ ਆ। ਜਿਹੜਾ ਤਾਂ ਕੋਈ ਮਾੜਾ ਮੋਟਾ ਸੱਚ ਸੁੱਚ ਬੋਲਣ ਵਾਲਾ ਹੈਗਾ, ਉਹ ਤਾਂ ਕਹਿ ਦਿੰਦਾ ਹਾਂਜੀ ਭਾਅ ਜੀ ਰਿਫਿਊਜ਼ਲ ਰੇਟ ਜ਼ਿਆਦਾ ਹੈ, ਇੱਦਾਂ ਹੋ ਰਿਹਾ, ਜਾਂ ਕਿਸੇ ਨੇ ਕਹਿ ਦਿੱਤਾ ਕਿ ਭਾਅ ਜੀ SDS ਦੇ ਵਿੱਚ ਰਿਫਿਊਜ਼ਲ ਰੇਟ ਘੱਟ ਹੈ, ਨੋਨ SDS ਦੇ ਵਿੱਚ ਜਿਹਦੇ 'ਚ 1.5 ਹੈ ਉਹਦੇ 'ਚ ਰਿਫਿਊਜ਼ਲ ਰੇਟ ਜ਼ਿਆਦਾ ਹੈ। ਔਨ ਦੀ ਅਦਰ ਹੈਂਡ ਕਈ ਮੇਰੇ ਭਰਾ ਇੱਦਾਂ ਦੇ ਵੀ ਇੱਥੇ ਮੈਨੂੰ ਮਿਲੇ ਜੋ ਪੰਜਾਬ 'ਚ ਹੁੰਦਾ ਉਹ ਇੱਥੇ ਵੀ, ਨਹੀਂ ਨਹੀਂ ਸਾਡਾ ਤਾਂ 100% ਹੀ ਰਿਜ਼ਲਟ ਹੈ, ਸਾਡਾ ਤਾਂ ਕੋਈ ਵੀਜ਼ਾ ਨਹੀਂ ਰਿਫਿਊਜ਼ ਹੋਇਆ ਜਨਵਰੀ ਇਨਟੇਕ ਦਾ। ਸੋ ਇੱਦਾਂ ਦੀਆਂ ਚੀਜ਼ਾਂ ਇੱਥੇ ਵੀ ਰੈਗੂਲਰ ਬੇਸਿਸ 'ਤੇ ਸੁਣਨ ਨੂੰ ਮਿਲਦੀਆਂ। ਐਮਬੈਸੀ ਇੱਕੋ ਹੀ ਹੈ, ਕੈਨੇਡਾ ਵੀਜ਼ਾ ਕਿਸੇ ਕੰਸਲਟੈਂਟ ਨੇ, ਕਿਸੇ ਏਜੰਟ ਨੇ, ਕਿਸੇ ਸਕੂਲ ਕਾਲਜ ਨੇ ਆਪਣੇ ਕੋਲ ਛਾਪ ਕੇ ਆਪਣੇ ਦਫ਼ਤਰ ਜਾਂ ਆਪਣੇ ਕਾਲਜ ਦੇ ਵਿੱਚ ਤੁਹਾਨੂੰ ਨਹੀਂ ਜੇ ਦੇਣਾ। ਜਿਹੜਾ ਵੀਜ਼ਾ ਲੱਗਣਾ ਉਹ ਉਸੇ ਐਮਬੈਸੀ ਦੇ ਕੋਲ ਅਪਲਾਈ ਹੋਣਾ। ਅੱਜ ਮੇਰਾ ਵੀ ਵੀਜ਼ਾ ਕੱਲ੍ਹ ਨੂੰ ਮੁੱਕ ਜੇ ਅਤੇ ਮੈਂ ਵੀ ਜੇ ਵੀਜ਼ਾ ਅਪਲਾਈ ਕਰਨਾ, ਉਸੇ ਐਮਬੈਸੀ ਨੂੰ ਉਹ ਵੀਜ਼ਾ ਅਪਲਾਈ ਕਰਨਾ ਜਿਸ ਐਮਬੈਸੀ ਕੋਲ ਤੁਹਾਡਾ ਵੀਜ਼ਾ ਅਪਲਾਈ ਹੁੰਦਾ। ਉਸੇ ਐਮਬੈਸੀ ਦੇ ਉਸੇ ਵੀਜ਼ਾ ਆਫਿਸਰ ਨੇ ਮੇਰੀ ਫਾਈਲ ਨੂੰ ਅਸੈਸ ਕਰਨਾ ਹੈ, ਜਿਹੜਾ ਵੀਜ਼ਾ ਆਫਿਸਰ ਅੱਜ ਤੁਹਾਡੀਆਂ ਸਟੂਡੈਂਟ ਵੀਜ਼ਾ ਦੀਆਂ ਐਪਲੀਕੇਸ਼ਨਾਂ ਜਾਂ ਵਿਜ਼ਟਰ ਵੀਜ਼ਾ ਦੀਆਂ ਐਪਲੀਕੇਸ਼ਨਾਂ ਅਸੈਸ ਕਰ ਰਿਹਾ। ਸੋ ਅਲਟੀਮੇਟਲੀ ਵੀਜ਼ਾ ਗਰਾਂਟਿੰਗ ਔਰ ਵੀਜ਼ਾ ਰਿਫਿਊਜ਼ਿੰਗ ਅਥੋਰਿਟੀ ਸਿਰਫ ਐਮਬੈਸੀ ਕੋਲ ਹੈ, ਸਿਰਫ ਉਸ ਵੀਜ਼ਾ ਆਫਿਸਰ ਕੋਲ ਹੈ, ਨਾ ਕਿ ਕਿਸੇ ਕਾਲਜ, ਨਾ ਕਿ ਕਿਸੇ ਏਜੰਟ ਦੇ ਹੱਥ ਦੇ ਵਿੱਚ ਹੈ ਕਿ ਤੁਹਾਨੂੰ ਵੀਜ਼ਾ ਲੈ ਕੇ ਦੇ ਦੇ। ਅੱਜ ਵੀ ਬੜੇ ਲੋਕ ਪੰਜਾਬ 'ਚ ਵੀ ਢੋਲ ਬਾਜੇ ਨਗਾੜੇ, ਕਿਉਂਕਿ ਇੱਕ ਅੱਧਾ ਵੀਜ਼ਾ ਕਿਸੇ ਦਾ ਆ ਜਾਂਦਾ ਤਾਂ ਲੈ ਕੇ ਇਨਵੈਲਪ ਬੈਠੇ ਹੁੰਦੇ ਆ ਕਿ ਆਹ ਲਓ ਜੀ ਦੇਖੋ ਆਹ ਖੋਲਿਆ ਜੇ ਵੀਜ਼ਾ ਤੁਹਾਡੇ ਸਾਹਮਣੇ ਆ ਗਿਆ, ਪਾਸਪੋਰਟ ਖੋਲ੍ਹ ਕੇ ਦੇਖਦੇ ਹਾਂ ਵੀਜ਼ਾ ਆਇਆ ਕਿ ਨਹੀਂ ਆਇਆ। ਉਹ ਭਾਈ ਕੈਨੇਡਾ ਦਾ ਵੀਜ਼ਾ ਤਾਂ ਪਹਿਲਾਂ ਚਿੱਠੀ ਆ ਜਾਂਦੀ ਹੈ ਕਿ ਪਾਸਪੋਰਟ ਜਮ੍ਹਾਂ ਕਰਾ ਦਿਉ, ਚਿੱਠੀ ਆਉਂਦੀ ਉਹਨੂੰ ਹੈ ਜਿਹਦਾ ਵੀਜ਼ਾ ਗ੍ਰਾਂਟ ਹੋਇਆ ਹੁੰਦਾ। ਉਸ ਤੋਂ ਬਾਅਦ ਉਹ ਇਨਵੈਲਪ ਖੋਲ੍ਹ ਕੇ ਦਿਖਾਉਣਾ, ਦੇਖੋ ਜੀ ਵੀਜ਼ਾ ਆਇਆ, ਉਹ ਤੋਂ ਪਹਿਲਾਂ ਪਤਾ ਹੀ ਹੁੰਦਾ ਕਿ ਇਹਦੇ 'ਚ ਵੀਜ਼ਾ ਹੀ ਹੈ। ਜਿਹਦਾ ਵੀਜ਼ਾ ਨਹੀਂ ਲੱਗਦਾ ਉਹਦਾ ਪਾਸਪੋਰਟ ਹੀ ਐਮਬੈਸੀ ਮੰਗਾਉਂਦੀ ਨਹੀਂ। ਸੋ ਅੰਬੈਸੀ ਕੋਲੋਂ ਪਾਸਪੋਰਟ ਹੀ ਉਹ ਆਉਂਦਾ ਜਿਹਦੇ 'ਤੇ ਵੀਜ਼ਾ ਲੱਗ ਜਾਂਦਾ, ਜਿਹਦੇ ਵੀਜ਼ਾ ਲੱਗਣਾ ਹੁੰਦਾ ਉਹੀ ਪਾਸਪੋਰਟ ਮੰਗਾਇਆ ਜਾਂਦਾ। ਸੋ ਕੋਈ 10 'ਚੋਂ ਕੋਈ 1 ਵੀਜ਼ਾ ਆ ਜਾਂਦਾ, ਸਾਡਾ ਵੀ ਆ ਜਾਂਦਾ ਜੀ, ਜੇ ਅੱਜ ਦੀ ਡੇਟ ਦੇ ਵਿੱਚ ਰਿਫਿਊਜ਼ਲ ਰੇਟ ਜ਼ਿਆਦਾ ਤਾਂ ਮੈਂ ਇਹੀ ਕਹੂੰਗਾ ਭਾਈ ਕਿਸੇ ਦਾ 10 'ਚੋਂ 1 ਆ ਜਾਂਦਾ, ਕਿਸੇ ਦੇ 10 'ਚੋਂ 2 ਆ ਜਾਂਦੇ ਹੋਣਗੇ। ਬਟ
ਪ੍ਰੈਜ਼ੈਂਟ ਸਿਨੈਰੀਓ ਇਹ ਹੈਗਾ ਕਿ ਕੈਨੇਡਾ ਦੇ ਵੀਜ਼ੇ ਸਟੂਡੈਂਟ ਵੀਜ਼ਾ ਵੀ ਔਰ ਵਿਜ਼ਿਟਰ ਵੀ। ਮੈਂ ਲਾਸਟ ਵੀਕ ਸਰੀ ਸੀਗਾ, ਸਰੀ ਇੱਕ ਛੋਟਾ ਪੰਜਾਬ ਆਪਾਂ ਕਹਿ ਲਈਏ, ਅਤੇ ਸਰੀ ਦੇ ਵਿੱਚ ਮੈਕਸੀਮਮ ਲੋਕ ਵਿਜ਼ਿਟਰ ਵੀਜ਼ਾ 'ਤੇ ਆਉਂਦੇ ਨੇ, ਆ ਕੇ ਆਪਣੀਆਂ LMIਆਂ ਲੈ ਕੇ ਆਪਣੇ ਵੀਜ਼ੇ ਕਨਵਰਟ ਕਰਦੇ ਆ। ਸੋ ਮੈਂ ਦੋ ਚਾਰ ਲੋਕਾਂ ਨੂੰ ਉੱਥੇ ਮਿਲਿਆ, ਕੰਸਲਟੈਂਟਸ ਨੂੰ ਮਿਲਿਆ, ਕੋਈ ਮੇਰੇ ਦੋਸਤ ਮਿੱਤਰ ਨੇ ਉਹਨਾਂ ਨੂੰ ਮਿਲਿਆ, ਉਹਨਾਂ ਨੇ ਵੀ ਦੱਸਿਆ ਕਿ ਵਿਜ਼ਿਟਰ ਵੀਜ਼ਾ ਤੱਕ ਦੀ ਵੀ ਜਿਹੜੀ ਰਿਫਿਊਜ਼ਲ ਰੇਟ ਆ ਉਹ ਵੀ ਬਹੁਤ ਜ਼ਿਆਦਾ ਇਸ ਵੇਲੇ ਹੋਈ ਹੋਈ ਆ। ਬਹੁਤ ਸਾਰੇ ਸਟੂਡੈਂਟਸ ਦੇ ਪੇਰੈਂਟਸ ਤੱਕ ਦੇ ਵੀਜ਼ੇ ਰਿਫਿਊਜ਼ ਹੋ ਗਏ, ਸਪਾਊਸ ਦੇ ਵੀਜ਼ੇ ਰਿਫਿਊਜ਼ ਹੋ ਗਏ। ਸੋ ਸਮਥਿੰਗ ਟੂ ਬੀ ਕੰਸਰਨਡ ਅਬਾਊਟ, ਸਮਥਿੰਗ ਟੂ ਬੀ ਥੋਟ ਰੈਗੂਲਰ ਬੇਸਿਸ ਦੇ ਉੱਤੇ ਇਹਦੇ 'ਤੇ ਕੰਮ ਕਰ ਰਹੇ ਹਾਂ, ਕਿਉਂਕਿ ਜਦੋਂ ਇੱਦਾਂ ਦਾ ਟਾਈਮ ਹੁੰਦਾ ਜਦੋਂ ਵੀਜ਼ੇ ਰਿਫਿਊਜ਼ ਹੁੰਦੇ ਆ, ਕੋਈ ਨਹੀਂ ਆ ਕੇ ਕਹਿੰਦਾ। ਫੇਸਬੁੱਕ 'ਤੇ ਜਾਂ ਟੀ ਵੀ ਸ਼ੋਅਜ਼ ਦੇ ਵਿੱਚ ਹਰ ਬੰਦਾ ਜਦੋਂ ਵੀਜ਼ੇ ਲੱਗ ਰਹੇ ਉਹ ਨਾ ਜਾ ਰੌਲਾ ਪਾਉਂਦਾ, ਵੀਜ਼ੇ ਲੱਗ ਰਿਹਾ, ਆਸਟ੍ਰੇਲੀਆ ਦਾ ਅਪਲਾਈ ਕਰ ਦਿਉ, ਕੈਨੇਡਾ ਦਾ ਅਪਲਾਈ ਕਰ ਦਿਉ। ਅੱਜ ਦੀ ਡੇਟ ਦੇ ਵਿੱਚ ਕੋਈ ਆ ਕੇ ਸਾਹਮਣੇ ਨਹੀਂ ਕਹਿੰਦਾ ਕਿ ਵੀਜ਼ੇ ਰਿਫਿਊਜ਼ ਹੁੰਦੇ ਪਏ, ਕਿਉਂ? ਬਹੁਤ ਹਿੰਮਤ ਚਾਹੀਦੀ ਹੈ ਇਹ ਕਹਿਣ ਨੂੰ ਕਿ ਭਾਈ ਸਾਡੇ ਵੀਜ਼ੇ ਰਿਫਿਊਜ਼ ਹੋ ਰਹੇ ਆ, ਔਰ ਸਾਡੇ ਵੀਜ਼ੇ ਨਹੀਂ ਰਿਫਿਊਜ਼ ਹੋ ਰਹੇ, ਕੈਨੇਡੀਅਨ ਐਮਬੈਸੀ ਵੀਜ਼ਾ ਰਿਫਿਊਜ਼ ਕਰਦੀ ਪਈ ਆ, ਕੈਨੇਡੀਅਨ ਐਮਬੈਸੀ ਵੱਲੋਂ ਰਿਫਿਊਜ਼ਲ ਰੇਟ ਆ। ਪਿੱਛੇ ਜੇ ਵੀ ਗੱਲ ਕੀਤੀ ਸੀਗੀ ਕਿ ਸ਼ਾਇਦ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜਿਹੜਾ ਇਹਨਾਂ ਨੇ ਵੀਜ਼ਾ ਗਰਾਂਟਿੰਗ ਵਾਲੇ ਪਾਸੇ ਤੁਰਿਆ, ਸ਼ਾਇਦ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਇਹਨਾਂ ਦੀ ਫੀਡਿੰਗ ਹੋਈ ਆ ਉਹਦੇ ਕਰਕੇ ਰਿਜ਼ਲਟ ਥੱਲੇ ਗਏ ਆ। ਬੜੀ ਜਗ੍ਹਾ 'ਤੇ ਇੱਦਾਂ ਦਾ ਹੋਇਆ ਕਿ ਆਪਣੇ ਆਪ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ, ਜਾਂ ਕੁਛ ਇੱਥੇ ਲੋਕਾਂ ਨਾਲ ਜਦੋਂ ਗੱਲਬਾਤ ਹੁੰਦੀ ਆ ਉਹਦੇ ਵਿੱਚ ਵੀ ਪਤਾ ਲੱਗਦਾ ਕਿ ਅਲਟੀਮੇਟਲੀ ਕੈਨੇਡੀਅਨ ਗਵਰਨਮੈਂਟ ਨੂੰ ਵੀ ਬੰਦਿਆਂ ਦੀ ਲੋੜ ਹੈ। ਸਟੂਡੈਂਟ ਵੀਜ਼ਾ ਇਜ਼ ਦੀ ਵਨ ਆਫ ਦੀ ਬਿਗੈਸਟ ਇੰਡਸਟਰੀ ਹੇਅਰ ਐਕਸਪੋਰਟ ਦੇ ਵਿੱਚ, ਜਿਹਦੇ 'ਚ $30 billion ਦਾ ਰੈਵਨਿਊ ਹੈ ਇਹਨਾਂ ਦਾ ਪਿਛਲੇ ਸਾਲ ਦਾ। ਸੋ ਕਿਤੇ ਨਾ ਕਿਤੇ ਉਹਨੂੰ ਥੱਲੇ ਜਾਂਦਾ ਨਹੀਂ ਦੇਖ ਸਕਦੇ। ਬਟ ਐਟ ਪ੍ਰੈਜੈਂਟ ਬਹੁਤ ਸੋਚ ਸਮਝ ਕੇ ਵੀਜ਼ਾ ਅਪਲਾਈ ਕਰਿਓ, ਚਾਹੇ ਸਾਡੇ ਕੋਲੋਂ ਹੈ ਚਾਹੇ ਕਿਸੇ ਕੋਲੋਂ ਵੀ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਫਾਈਲਾਂ ਰੁਕ ਜਾਈਏ, ਹੋਲਡ ਕਰ ਲਈਏ, ਦੇਖ ਲਈਏ, ਜਿਹਨੂੰ ਕਹਿੰਦੇ ਨਾ ਕਿ ਤੇਲ ਦੇਖੋ ਅਤੇ ਤੇਲ ਦੀ ਧਾਰ ਦੇਖੋ। ਸੋ ਜਦੋਂ ਵੀਜ਼ਾ ਸਕਸੈਸ ਰੇਟ ਵੱਧਦਾ, ਫਾਈਲਾਂ ਲਗਾ ਕੇ ਹੀ ਅੰਬੈਸੀ ਦੇ ਵਿੱਚ ਪਤਾ ਲੱਗਦਾ, ਜਦੋਂ ਵੀਜ਼ਾ ਸਕਸੈਸ ਰੇਟ ਡਿੱਗਦਾ ਉਹ ਵੀ ਫਾਈਲਾਂ ਲਾ ਕੇ ਹੀ ਪਤਾ ਲੱਗਦਾ। ਕੋਈ ਰਿਫਿਊਜ਼ਲ ਰੇਟ ਕਿਸੇ ਵੀਜ਼ਾ ਅਫਸਰ ਨੇ ਕਿਸੇ ਏਜੰਟ ਨੂੰ ਚਿੱਠੀ ਪਾ ਕੇ ਨਹੀਂ ਦੱਸਣੀ ਹੁੰਦੀ ਭਾਈ ਇਹੀ ਵੀਜ਼ੇ ਰਿਫਿਊਜ਼ ਕਰਨ ਲੱਗਿਆ। ਸੋ ਇਹ ਤਾਂ ਸੀਗਾ ਜੀ ਕੈਨੇਡਾ, ਪਿਛਲੇ 15 ਦਿਨਾਂ ਤੋਂ ਇੱਥੇ ਇਹੀ ਚੀਜ਼ ਦੇ ਉੱਤੇ ਕੰਮ ਚੱਲ ਰਿਹਾ ਕਿ ਕੀ ਰੀਜ਼ਨਸ ਨੇ, ਕੀ ਹੋ ਰਿਹਾ, ਕਿੰਨੀ ਦੇਰ ਤੱਕ ਇਹ ਚੀਜ਼ ਇੱਦਾਂ ਹੀ ਕੰਟੀਨਿਊ ਰਹੂਗੀ। ਜਿੱਦਾਂ ਜਿੱਦਾਂ ਜੋ ਜੋ ਅਪਡੇਟਸ ਮਿਲਦੀਆਂ ਰਹੂਗੀਆਂ ਉਹ ਅਪਡੇਟਸ ਤੁਹਾਨੂੰ ਦਿੱਤੀਆਂ ਜਾਣਗੀਆਂ, ਜਿੱਦਾਂ ਜਿੱਦਾਂ ਕਲੈਰਿਟੀ ਮਿਲਦੀ ਰਹੇਗੀ ਕਿ ਕੀ ਰੀਜ਼ਨਸ ਨੇ ਜਾਂ ਕਿੱਦਾਂ ਦੇ ਪ੍ਰੋਫਾਈਲ ਨੂੰ। ਕਈ ਕਾਲਜਸ ਜਿਹੜੇ ਅੱਗੇ 2-5 ਬੈਂਡ ਵਾਲੇ ਸਟੂਡੈਂਟਸ ਨੂੰ ਐਕਸੈਪਟ ਕਰਦੇ ਸੀ, ਚਲੋ ਅਸੀਂ 2-5 ਵਾਲਾ ਕਾਫੀ ਦੇਰ ਤੋਂ ਐਕਸੈਪਟ ਨਹੀਂ ਸੀ ਕਰ ਰਹੇ। ਕਈ ਕਾਲਜ ਜਿਹੜੇ ਕਰਦੇ ਸੀ ਉਹਨਾਂ ਨੇ ਵੀ ਰੀਸੈਂਟਲੀ ਬੰਦ ਕਰਤਾ, ਔਰ ਕਈ ਕਾਲਜ ਜਿਹੜੇ 1-5 ਐਕਸੈਪਟ ਕਰਦੇ ਸੀ ਉਹਨਾਂ ਨੇ ਵੀ ਬੰਦ ਕਰਤਾ, ਉਹਨਾਂ ਨੇ 6 ਕਰਨਾ ਸ਼ੁਰੂ ਕਰ ਦਿੱਤਾ। ਸੋ ਛੋਟੇ ਛੋਟੇ ਚੇਂਜਸ ਤਾਂ ਜ਼ਰੂਰ ਹੋਏ ਆ, ਬਟ ਉਹ ਛੋਟੇ ਛੋਟੇ ਚੇਂਜਸ ਇਮੀਗ੍ਰੇਸ਼ਨ ਲੈਵਲ 'ਤੇ ਜਾਂ ਕੰਟਰੀ ਲੈਵਲ 'ਤੇ ਨਹੀਂ ਹੋਏ, ਕਾਲਜ ਦੇ ਇੰਡੀਵਿਜੁਅਲ ਲੈਵਲ 'ਤੇ ਉਹ ਚੇਂਜਸ ਹੋਏ ਆ। ਸੋ ਮੌਸਮ ਦੀ ਜੇ ਗੱਲ ਕਰ ਲਈਏ, ਇੱਥੇ ਤਾਂ ਠੰਡ ਬਹੁਤ ਹੈ ਜੀ, ਅਤੇ ਠੰਡ ਬਹੁਤ ਹੈ, ਅਤੇ ਇਸ ਠੰਡ ਦੇ ਵਿੱਚ ਜੇ ਤੁਸੀਂ ਕੋਈ ਕਹੇ ਕਿ ਬਾਹਰ ਨਿਕਲ ਕੇ ਤੁਸੀਂ ਟੀ ਸ਼ਰਟ ਪਾ ਕੇ ਬਾਹਰ ਨਿਕਲਣਾ, ਤਾਂ ਜਿੰਨੀ ਕੁ ਬਰਫ਼ ਪਈ ਤਾਂ ਬਿਮਾਰ ਹੋਣ ਵਾਲੀ ਗੱਲ ਹੈ। ਸੋ ਉਹੀ ਗੱਲ ਜੇ ਅੱਜ ਕਰ ਲਈਏ ਕਿ ਕੈਨੇਡਾ ਦਾ ਮੌਸਮ ਫਿਲਹਾਲ ਦੀ ਘੜੀ ਨਹੀਂ ਹੈਗਾ, ਕਦੋਂ ਸ਼ੁਰੂ ਹੋ ਜੇ ਕੁਛ ਕਿਹਾ ਨਹੀਂ ਜਾ ਸਕਦਾ। ਸੋ ਇਸ ਵੇਲੇ ਵੀਜ਼ਾ ਅਪਲਾਈ ਕਰਨ ਦਾ ਮਤਲਬ ਇਹ ਹੈ ਕਿ ਰਿਸਕ ਫੈਕਟਰ ਨੂੰ ਬਹੁਤ ਜ਼ਿਆਦਾ ਇਗਨੋਰ ਕਰਕੇ ਉਹ ਵੀਜ਼ੇ ਅਪਲਾਈ ਕੀਤੇ ਜਾਣਗੇ। ਸੋ
ਅਸੀਂ ਰਿਜ਼ਲਟ ਦੇ ਉੱਤੇ ਕੰਮ ਕਰਦੇ ਹਾਂ। ਸੋ ਰਿਜ਼ਲਟ ਦੇ ਉੱਤੇ ਜਦੋਂ ਕੰਮ ਕਰਨਾ ਹੁੰਦਾ ਨਾ, ਉਦੋਂ ਫਾਈਲਾਂ ਰਿਫਿਊਜ਼ ਕਰਾਉਣ ਦਾ ਜੀ ਨਹੀਂ ਕਰਦਾ, ਉਦੋਂ ਫਾਈਲਾਂ ਅੰਬੈਸੀ 'ਚ ਲਾਉਣ ਦਾ ਜੀ ਨਹੀਂ ਕਰਦਾ ਕਿ ਜਦੋਂ ਤੱਕ ਇਹ ਕਲੈਰਿਟੀ ਨਹੀਂ ਮਿਲ ਜਾਂਦੀ ਕਿ ਰਿਫਿਊਜ਼ਲ ਦਾ ਸਿਲਸਿਲਾ ਕਿੰਨੀ ਦੇਰ ਤੱਕ ਚੱਲਦਾ ਰਹੂਗਾ। ਬਹੁਤ ਸਾਰੇ ਲੋਕਾਂ ਨੇ ਸ਼ਾਇਦ ਤੁਹਾਡੇ 'ਚੋਂ ਜਿਹੜੇ ਇਸ ਵੇਲੇ ਲਾਈਫ 'ਚ ਜੁੜੇ ਹੋਣਗੇ, ਉਹਨਾਂ 'ਚੋਂ ਵੀ ਕੋਈ ਇੱਦਾਂ ਦਾ ਹੋਊਗਾ, ਬਹੁਤ ਸਾਰੇ ਲੋਕਾਂ ਨੂੰ ਫਾਈਲਾਂ ਵਾਪਸ ਦਿੱਤੀਆਂ ਸੀ, ਜਾਂ ਅਸੀਂ ਮੈਂ ਕਹਿ ਲਵਾਂ ਕਿ ਫਾਈਲਾਂ ਵਾਪਸ ਲੈ ਗਏ ਲੋਕੀ ਸਾਡੇ ਤੋਂ। ਫਾਈਲਾਂ ਵਾਪਸ ਕਿਉਂ ਲੈ ਗਏ ਕਿ ਜੀ 2 ਮਹੀਨੇ ਹੋ ਗਏ ਤੁਸੀਂ ਸਾਡੀ ਫਾਈਲ ਲੌਂਚ ਨਹੀਂ ਕੀਤੀ, ਅਸੀਂ ਕਿਸੇ ਹੋਰ ਤੋਂ ਅਪਲਾਈ ਕਰਾ ਲੈਂਦੇ ਹਾਂ। ਰੀਸੈਂਟਲੀ ਪਿਛਲੇ ਹਫ਼ਤੇ ਦੀ ਗੱਲ ਹੈ, ਮੇਰੀ ਆਫਿਸ ਗੱਲ ਹੋ ਰਹੀ ਸੀ ਅਤੇ ਮੈਨੂੰ ਮੇਰੀ ਟੀਮ ਨੇ ਦੱਸਿਆ ਕਿ ਸਰ ਕਿ 3-4 ਬੰਦੇ ਇੱਦਾਂ ਦੇ ਆਏ ਵੀਜ਼ਾ ਰਿਫਿਊਜ਼ ਕਰਾ ਕੇ ਸਾਡੇ ਤੋਂ ਫਾਈਲਾਂ ਵਾਪਸ ਲੈ ਗਏ ਸੀ ਕਿ ਤੁਸੀਂ ਸਾਡੀਆਂ ਫਾਈਲਾਂ ਨਹੀਂ ਲਾਉਣੀਆਂ, ਅਸੀਂ ਤਾਂ ਵੀਜ਼ਾ ਲਵਾਉਣਾ ਹੀ ਹੈ ਨਾ, ਅਤੇ ਅਸੀਂ ਚੁੱਕ ਕੇ ਫਾਈਲ ਉਹਨਾਂ ਨੇ ਕਿਸੇ ਹੋਰ ਨੂੰ ਦਿੱਤੀ, ਅਤੇ ਜਦੋਂ ਕਿਸੇ ਹੋਰ ਨੂੰ ਫਾਈਲਾਂ ਦਿੱਤੀਆਂ ਤਾਂ ਕਿਸੇ ਦਾ 1 ਵਾਰੀ ਕਿਸੇ ਦਾ 2 ਵਾਰੀ ਉਹ ਰਿਫਿਊਜ਼ਲ ਲੈ ਕੇ ਅਤੇ ਵਾਪਸ ਦਫ਼ਤਰ ਦੇ ਵਿੱਚ ਆਏ ਕਿ ਜੀ ਆਹ ਲਓ ਜੀ ਸਾਡਾ ਕੈਨੇਡਾ ਦਾ ਰਿਫਿਊਜ਼ ਹੋ ਗਿਆ, ਤੁਸੀਂ ਸਹੀ ਕਹਿੰਦੇ ਸੀ। ਹੁਣ ਉਹਦੇ 'ਚੋਂ ਕਈ ਜਣੇ ਇੱਦਾਂ ਦੇ ਨੇ ਕਿ ਜਿਹੜੇ ਕਹਿੰਦੇ ਜੀ ਮੈਂ ਜਾਣਾ ਤਾਂ ਕੈਨੇਡਾ ਹੀ ਆ ਅਤੇ ਵੇਟ ਕਰ ਲੈਂਦਾ, ਹੁਣ ਜਿੱਦਣ ਤੁਸੀਂ ਕਹੋਗੇ ਉੱਦਣ ਦੁਬਾਰਾ ਫਾਈਲ ਲਾਊਂਗਾ, ਜਾਂ ਕੈਨੇਡਾ ਹੁਣ ਰਿਫਿਊਜ਼ ਹੋ ਗਿਆ ਹੁਣ ਮੈਨੂੰ ਕਿਸੇ ਹੋਰ ਪਾਸੇ ਤੋਰੋ, ਇੰਡੀਆ ਤੋਂ ਤਾਂ ਮੈਂ ਜਾਣਾ ਹੀ ਹੈ, ਤਾਂ ਮੇਰਾ ਹੋਰ ਦੱਸੋ ਕਿੱਥੇ ਦਾ ਵੀਜ਼ਾ ਲੱਗ ਸਕਦਾ। ਸੋ ਜਦੋਂ ਹੋਰ ਆਪਸ਼ਨਸ ਦੇ ਬਾਰੇ ਬਸ ਆਪਾਂ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ, ਤਾਂ ਦੂਸਰੀ ਆਪਸ਼ਨ ਜਿਹੜੀ ਅੱਜ ਦੀ ਡੇਟ ਦੇ ਵਿੱਚ, ਜਿਵੇਂ ਆਪਾਂ ਮੌਸਮ ਦੀ ਗੱਲ ਕਰਦੇ ਸੀ, ਅਤੇ ਅੱਜ ਦੀ ਡੇਟ ਦੇ ਵਿੱਚ ਇੱਕ ਕੰਟਰੀ ਇੱਦਾਂ ਦੀ ਹੈ ਜਿਹੜੀ 3 ਮਹੀਨੇ ਤੋਂ 4 ਮਹੀਨੇ ਤੋਂ ਹੀ ਤੁਸੀਂ ਸੁਣਨ ਨੂੰ ਮਿਲੀ ਹੈ। 2012 ਦੇ ਵਿੱਚ UK ਨੇ ਪੋਸਟ ਸਟੱਡੀ ਵਰਕ ਵੀਜ਼ਾ ਬੰਦ ਕਰਤਾ ਸੀ। ਸੋ ਉਹ 2012 ਤੋਂ ਬਾਅਦ ਦੁਬਾਰਾ ਸਪਟੰਬਰ 2019 ਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ UK ਨੇ ਦੁਬਾਰਾ ਅਨਾਊਂਸ ਕੀਤਾ, ਐਂਡ ਯੂ ਵਿਲ ਬੀ ਸਰਪ੍ਰਾਈਜ਼ਡ 100% ਵੀਜ਼ਾ ਸਕਸੈਸ ਰੇਟ ਆ ਅੱਜ ਦੀ ਡੇਟ 'ਚ UK ਦਾ। ਜੇ UK ਦੀ ਕੋਈ ਐਪਲੀਕੇਸ਼ਨ ਇਸ ਵੇਲੇ ਪ੍ਰੋਸੈਸ ਨਹੀਂ ਹੋ ਰਹੀ, ਉਹਦਾ ਹੋ ਸਕਦਾ ਕਾਰਨ ਇਹ ਹੋਏ ਕਿ ਉਹਨੂੰ ਕਿਸੇ ਯੂਨੀਵਰਸਿਟੀ ਵੱਲੋਂ ਦਾਖਲਾ ਨਾ ਮਿਲਦਾ ਹੋਏ, ਹੋ ਸਕਦਾ ਉਹਦੀ ਐਡਮਿਸ਼ਨ ਨਾ ਠੀਕ ਤਰੀਕੇ ਨਾਲ ਪ੍ਰੋਸੈਸ ਹੋਈ ਹੋਏ। ਵਿਦਾਊਟ ਆਇਲਸ ਤੋਂ ਸਿਲਸਿਲਾ ਸ਼ੁਰੂ ਹੋਇਆ ਸੀ UK ਦਾ ਕਿ ਵਿਦਾਊਟ ਆਇਲਸ ਅਪਲਾਈ ਕਰ ਦਿਉ ਜੀ, ਵਿਦਾਊਟ ਆਇਲਸ ਕੋਈ 50% ਨੰਬਰਾਂ ਦੇ ਨਾਲ, ਕਿਸੇ ਯੂਨੀਵਰਸਿਟੀ 55% ਨੰਬਰਾਂ ਦੇ ਨਾਲ। ਸੋ ਹੌਲੀ ਕਰਦੇ ਕਰਦੇ ਹੁਣ ਅੱਜ ਦੀ ਡੇਟ ਦੇ ਵਿੱਚ UK ਦੀ ਜਿਹੜੀ ਐਡਮਿਸ਼ਨ ਕ੍ਰਾਈਟੀਰੀਆ, UK ਦਾ ਜਿਹੜਾ ਯੂਨੀਵਰਸਿਟੀਜ਼ ਦੇ ਪ੍ਰੋਸੀਜਰਸ, ਪ੍ਰੋਟੋਕੋਲਸ, ਪ੍ਰੋਸੈਸ ਸਾਰੇ ਸਟ੍ਰੀਮਲਾਈਨਡ ਨੇ। ਹਰ ਯੂਨੀਵਰਸਿਟੀ ਨੂੰ ਪਤਾ ਅੱਜ ਦੀ ਡੇਟ ਦੇ ਵਿੱਚ ਕਿ ਮੈਂ ਕਿਹੜੇ ਬੱਚੇ ਨੂੰ ਦਾਖਲਾ ਦੇਣਾ। ਸੋ ਜੇ UK ਦੇ ਵਿੱਚ ਤੁਸੀਂ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਚਾਹੇ ਸਿੰਗਲ, ਚਾਹੇ ਸਪਾਊਸ, ਚਾਹੇ ਫੈਮਿਲੀ ਦੇ ਨਾਲ ਤੁਹਾਡਾ ਬੱਚਾ ਹੈ, ਸਾਰਿਆਂ ਦਾ ਇਕੱਠਾ ਵੀਜ਼ਾ ਅਪਲਾਈ ਹੋ ਰਿਹਾ, ਸਾਰਿਆਂ ਦੇ ਇਕੱਠੇ ਵੀਜ਼ੇ ਲੱਗ ਕੇ ਆ ਰਹੇ ਹੈ, ਔਰ ਇਸ ਵੇਲੇ ਅੱਜ ਦੀ ਘੜੀ ਦੇ ਵਿੱਚ 0% ਸਕਸੈਸ ਰੇਟ ਹੈ UK ਦਾ। ਸਟੂਡੈਂਟ ਵੀਜ਼ਾ, Tier 4 ਵੀਜ਼ਾ, ਉਹੀ ਤਰੀਕਾ ਜਿਹੜਾ 2009 'ਚ ਇਹਨਾਂ ਨੇ ਸਟਾਰਟ ਕੀਤਾ ਸੀ, ਸੇਮ ਉਸੇ ਤਰੀਕੇ ਦੇ ਨਾਲ ਵੀਜ਼ਾ ਅਪਲਾਈ ਹੋ ਰਿਹਾ, ਸੇਮ ਉਸੇ ਤਰੀਕੇ ਦੇ ਨਾਲ ਵੀਜ਼ਾ ਲੱਗ ਕੇ ਆ ਰਿਹਾ। 40 ਪੁਆਇੰਟ, ਇਕੱਲੀ ਕੰਟਰੀ ਹੈ ਵਰਲਡ ਦੇ ਵਿੱਚ ਜਿਹਦੇ ਵਿੱਚ ਸਟੂਡੈਂਟ ਵੀਜ਼ਾ ਵੀ ਪੁਆਇੰਟ ਬੇਸ ਸਿਸਟਮ 'ਤੇ ਚੱਲਦਾ। ਸੋ 40 ਪੁਆਇੰਟਸ ਦੇ ਨਾਲ ਤੁਸੀਂ ਐਲੀਜੀਬਲ ਹੋ ਆਪਣਾ ਵੀਜ਼ਾ ਅਪਲਾਈ ਕਰਨ ਦੇ, 40 ਪੁਆਇੰਟਸ ਦੇ ਨਾਲ ਤੁਹਾਡਾ ਵੀਜ਼ਾ ਲੱਗਦਾ। 40 ਪੁਆਇੰਟ ਹੈ ਕਾਹਦੇ, 2 ਹੀ ਚੀਜ਼ਾਂ ਨੇ ਉਹਦੇ ਵਿੱਚ 40 ਪੁਆਇੰਟਾਂ ਦੇ ਵਿੱਚ। ਪਹਿਲੀ ਕਿ ਐਡਮਿਸ਼ਨ ਇਨ ਅ ਯੂਨੀਵਰਸਿਟੀ, ਨੋਟ ਅ ਯੂਨੀਵਰਸਿਟੀ, ਐਡਮਿਸ਼ਨ ਇਨ ਅ ਐਜੂਕੇਸ਼ਨ ਇੰਸਟੀਟਿਊਟ, ਕਿ ਕਿਸੇ ਵੀ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਹ 'ਚ ਤੁਹਾਨੂੰ ਦਾਖਲਾ ਮਿਲਦਾ। 30 ਬੈਂਡ ਉਹਦੀ ਅਸੈਪਟੈਂਸ ਲੈਟਰ ਦੇ ਆ, ਜਿਹਨੂੰ ਤੁਸੀਂ ਕੈਸ ਲੈਟਰ ਕਹਿ ਲਓ, ਜਿਹਨੂੰ ਤੁਸੀਂ ਲੈਟਰ ਆਫ ਅਸੈਪਟੈਂਸ ਕਹਿ ਲਓ। ਸੋ 30 ਪੁਆਇੰਟ ਉਸ ਕੈਸ ਲੈਟਰ ਦੇ ਆ ਜੋ 40 ਦਾ ਮੇਜਰ ਪਾਰਟ ਕਵਰ ਕਰਦੇ ਆ, ਉਹ 30 ਪੁਆਇੰਟ ਤੁਹਾਨੂੰ ਮਿਲਦੇ ਆ ਜਦੋਂ ਕੋਈ ਯੂਨੀਵਰਸਿਟੀ ਤੁਹਾਨੂੰ ਦਾਖਲਾ ਦੇ ਕੇ ਤੁਸੀਂ ਫੀਸ ਜਮ੍ਹਾਂ ਕਰਾ ਦਿੰਦੇ ਹੋ, ਅਨਕੰਡੀਸ਼ਨਲ ਸੀਟ ਤੁਹਾਨੂੰ ਮਿਲ ਗਈ ਕਿ ਆਹ ਤੁਹਾਡੀ ਕੈਸ ਲੈਟਰ ਹੈ, ਇਹਦੇ ਬੇਸ ਦੇ ਉੱਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ।
ਉਸ ਕੈਸ਼ ਦੇ ਉੱਤੇ ਸਾਰੀਆਂ ਡਿਟੇਲਸ ਹੁੰਦੀਆਂ, ਜਿਵੇਂ ਆਸਟ੍ਰੇਲੀਆ ਦੀ COE ਹੈ ਜਾਂ ਕੈਨੇਡਾ ਦੀ LOA ਹੈ, ਸੇਮ ਚੀਜ਼ UK ਦੀ ਕੈਸ਼ ਲੈਟਰ ਹੈ, ਸਾਰੀਆਂ ਡਿਟੇਲਸ ਹੁੰਦੀਆਂ, ਤੁਹਾਡੀ ਯੂਨੀਵਰਸਿਟੀ, ਤੁਹਾਡਾ ਕੋਰਸ, ਕੋਰਸ ਦੀ ਡਿਊਰੇਸ਼ਨ, ਫੀਸ, ਕਿੰਨੀ ਫੀਸ ਤੁਸੀਂ ਪੇ ਕੀਤੀ ਹੈ, ਸੋ ਐਵਰੀਥਿੰਗ ਇਜ਼ ਔਨ ਦੈਟ। ਹੁਣ 40 ਚੋਂ 30 ਪੁਆਇੰਟ ਜਦੋਂ ਕੈਸ਼ ਲੈਟਰ ਲੈ ਗਿਆ, ਸੋ 10 ਪੁਆਇੰਟ ਰਹਿ ਜਾਂਦੇ, 10 ਪੁਆਇੰਟ ਹੈਗੇ ਆ ਤੁਹਾਡੇ ਫੰਡਸ ਦੇ, ਤੁਹਾਡੇ ਲਿਵਿੰਗ ਐਕਸਪੈਂਸਿਸ ਦੇ, ਕੀ ਲਿਵਿੰਗ ਐਕਸਪੈਂਸਿਸ ਤੁਹਾਨੂੰ ਰਿਕੁਆਇਰਡ ਹੈਗੇ ਆ, ਕਿੰਨੇ ਪੈਸੇ ਤੁਹਾਡੇ ਕੋਲ ਨੇ, ਕੀ ਉਹ ਪੈਸੇ ਸ਼ੋਅ ਕਰ ਸਕਦੇ ਹੋ ਤੁਸੀਂ। ਸੋ ਫੰਡਸ ਜਦੋਂ UK ਦੇ ਵਿੱਚ ਸ਼ੋਅ ਕਰਨੇ ਆ, 28 ਦਿਨ ਪੁਰਾਣੇ ਫੰਡਸ ਚਾਹੀਦੇ ਆ ਉਹਨਾਂ ਨੂੰ। ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਜਾਂ ਕੈਨੇਡਾ ਕਿਸੇ ਵੀ ਕੰਟਰੀ ਨੇ ਸਟੂਡੈਂਟ ਵੀਜ਼ੇ ਲਈ ਨਾ ਫੰਡ, ਸਪੈਸ਼ਲੀ ਆਸਟ੍ਰੇਲੀਆ ਅਤੇ ਕੈਨੇਡਾ ਨੇ ਕਿਤੇ ਵੀ ਸਪੈਸੀਫਿਕਲੀ ਕੀਤਾ ਨਹੀਂ ਹੋਇਆ ਕਿ ਸਾਨੂੰ ਕਿੰਨੇ ਦਿਨ ਪੁਰਾਣੇ ਫੰਡ ਚਾਹੀਦੇ ਆ। UK ਇਜ਼ ਵਨ ਕੰਟਰੀ ਜਿਹਦੇ ਵਿੱਚ ਫੰਡਸ ਦੀ ਸਿੱਧੀ ਸਿੱਧੀ ਕਲੈਰਿਟੀ ਹੈ ਕਿ ਜੇ ਤੁਹਾਡੇ ਕੋਲ 28 ਦਿਨ ਪੁਰਾਣੇ ਫੰਡ ਹੈਗੇ ਆ, ਤੁਸੀਂ ਅਪਲਾਈ ਕਰ ਦਿਓ, ਉਹ ਫੰਡ ਐਕਸੈਪਟ ਹੋ ਜਾਣਗੇ। ਉਹ 28 ਦਿਨ ਪੁਰਾਣੇ ਤੁਹਾਡੇ ਕੋਲ FD ਦੇ ਤੌਰ 'ਤੇ ਹੈ, ਸੇਵਿੰਗ ਅਕਾਊਂਟ ਦੇ ਵਿੱਚ ਨੇ, ਉਹ ਐਕਸੈਪਟ ਹੁੰਦੇ ਆ। ਐਜੂਕੇਸ਼ਨ ਲੋਨ ਇੱਕ ਇੱਦਾਂ ਦੀ ਚੀਜ਼ ਹੈ ਜਿਹੜਾ ਪੁਰਾਣਾ ਨਹੀਂ ਹੋਣਾ ਚਾਹੀਦਾ। ਐਜੂਕੇਸ਼ਨ ਲੋਨ ਤੁਸੀਂ ਅੱਜ ਲੈਂਦੇ ਹੋ, ਤੁਹਾਨੂੰ ਅੱਜ ਬੈਂਕ ਐਜੂਕੇਸ਼ਨ ਲੋਨ ਦੇ ਦਿੰਦਾ, ਇਟ ਇਜ਼ ਐਕਸੈਪਟੇਬਲ। ਉਹਦੀ ਕੋਈ ਡਿਊਰੇਸ਼ਨ ਨਹੀਂ ਹੁੰਦੀ ਕਿ ਉਹ ਕਿੰਨੇ ਦਿਨ ਪੁਰਾਣਾ, ਕਿੰਨੇ ਦਿਨ ਪੁਰਾਣਾ ਨਹੀਂ, ਕਿਉਂਕਿ ਉਹ ਤੁਸੀਂ ਲੋਨ ਲੈ ਕੇ ਜਾ ਰਹੇ ਹੋ। ਲੋਨ ਕਿਸੇ ਵੀ ਵੇਲੇ ਤੁਹਾਨੂੰ ਮਿਲਿਆ, ਅੱਜ ਤੁਹਾਨੂੰ ਮਿਲਿਆ, ਕਿਉਂਕਿ ਤੁਸੀਂ ਐਮਬੈਸੀ ਨੂੰ ਜਦੋਂ 28 ਦਿਨ ਪੁਰਾਣੇ ਫੰਡ ਦਿਖਾਉਣੇ ਹੁੰਦੇ, ਤਾਂ 28 ਦਿਨ ਪੁਰਾਣੇ ਫੰਡ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਇਹ ਪੈਸੇ ਮੇਰੇ ਕੋਲ 28 ਦਿਨਾਂ ਤੋਂ ਪਏ ਆ। ਔਨ ਦੀ ਅਦਰ ਹੈਂਡ ਜਦੋਂ ਤੁਸੀਂ ਐਜੂਕੇਸ਼ਨ ਲੋਨ ਲੈਂਦੇ ਹੋ, ਤਾਂ ਯੂ ਆਰ ਸੇਇੰਗ ਕਿ ਮੈਂ ਲੋਨ ਲੈ ਕੇ ਜਾ ਰਿਹਾ, ਸੋ ਉਹਦੇ ਵਿੱਚ ਕੋਈ 28 ਦਿਨਾਂ ਦਾ ਕੋਈ ਕ੍ਰਾਈਟੀਰੀਆ, ਕਿਸੇ ਤਰ੍ਹਾਂ ਦਾ ਕੋਈ ਰੋਲ 28 ਦਿਨਾਂ ਦਾ ਐਜੂਕੇਸ਼ਨ ਲੋਨ ਦੇ ਵਿੱਚ ਨਹੀਂ ਹੈਗਾ। ਸੋ ਵੱਖਰੀਆਂ ਵੱਖਰੀਆਂ ਯੂਨੀਵਰਸਿਟੀਜ਼ ਦੇ ਵਿੱਚ ਅੱਜ ਦੀ ਡੇਟ 'ਚ UK ਦੀ ਜਿਹੜੀ ਐਕਸੈਪਟੇਬਿਲਿਟੀ ਹੈਗੀ ਹੈ, ਮੋਰ ਔਰ ਲੈਸ ਹੁਣ ਕਾਫੀ ਯੂਨੀਵਰਸਿਟੀਆਂ ਨੇ ਸੇਮ ਕਰਤੀ। ਜੇ ਤੁਹਾਡੇ 6 ਬੈਂਡ ਨੇ, ਦੇਖੋ ਵੀਜ਼ੇ ਅਪਲਾਈ ਕਰਨੇ ਬੜੇ ਸੌਖੇ ਨੇ, ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹਦਾ ਮਰਜ਼ੀ ਸਟੂਡੈਂਟ ਵੀਜ਼ਾ ਅਪਲਾਈ ਕਰ ਦਾਂਗੇ, ਤੁਸੀਂ ਆਪਣਾ ਕਰਾਉਣਾ ਆਪਣਾ ਕਰਾ ਲਓ, ਆਪਣੇ ਫਾਦਰ ਸਾਹਿਬ ਦਾ ਕਰਾਉਣਾ ਉਹਨਾਂ ਦਾ ਕਰਾ ਲਓ। ਵੀਜ਼ਾ ਅਪਲਾਈ ਕਰਨਾ ਬਹੁਤ ਸੌਖਾ ਜੇ, ਅੰਬੈਸੀ ਨੂੰ ਅੰਬੈਸੀ ਦੀ ਫੀਸ ਚਾਹੀਦੀ, ਅੰਬੈਸੀ ਨੂੰ ਆਪਣਾ ਵੀਜ਼ਾ ਐਪਲੀਕੇਸ਼ਨ ਫਾਰਮ ਹੈ ਉਹ ਭਰ ਕੇ ਸਬਮਿਟ ਕਰ ਦਿਉ, ਤੁਹਾਡਾ ਵੀਜ਼ਾ ਅਪਲਾਈ ਹੋ ਜਾਂਦਾ। ਅਲਟੀਮੇਟਲੀ ਵੀਜ਼ਾ ਲੈਣ ਦੇ ਬਾਰੇ ਗੱਲ ਹੁੰਦੀ ਹੈ ਜਦੋਂ ਤੁਸੀਂ ਵੀਜ਼ਾ ਲੈਣ ਲਈ ਅਪਲਾਈ ਕਰਦੇ ਹੋ। ਅੰਬੈਸੀ ਨਾਲ ਖੇਡਾ, ਜਿੰਨੀਆਂ ਮਰਜ਼ੀ ਖੇਡੀ ਜਾਓ, ਲੋਕ 33% ਅਤੇ 40% ਅਤੇ 5.5 ਬੈਂਡ ਅੱਜ ਵੀ ਰੌਲਾ ਪਾਈ ਜਾਂਦੇ ਆ ਅਤੇ ਫਾਈਲਾਂ ਚੁੱਕ ਚੁੱਕ ਅੰਬੈਸੀ 'ਚ ਪਾਈ ਜਾਂਦੇ। 25,000-30,000 ਅਗਲੇ ਨੇ ਤੁਹਾਡੇ ਤੋਂ ਲੈ ਲੈਣਾ, ਬੜਾ ਵਧੀਆ ਕੰਮ ਕਰ ਸਕਦਾ, ਰੋਜ਼ ਦਾ ਇੱਕ ਵੀ ਤੁਹਾਡੇ ਵਰਗਾ ਅਪਲਾਈ ਕਰਤਾ, 25,000 ਰੁਪਏ ਦੀ ਦਿਹਾੜੀ ਮਾੜੀ ਨਹੀਂ ਲੱਗਦੀ ਕਿਸੇ ਨੂੰ। ਸੋ ਜਦੋਂ ਓਮ ਗਲੋਬਲ ਦੀ ਟੀਮ ਨੇ ਤੁਹਾਡੇ ਤੋਂ ਪੈਸੇ ਉਦੋਂ ਲੈਣੇ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ। ਕੁਛ ਇਨਵੈਸਟਮੈਂਟਸ ਵੀ ਆਪਣੇ ਤੌਰ 'ਤੇ ਆਪਣੇ ਲੈਵਲ 'ਤੇ ਹੋਣੀਆਂ, ਚਾਹੇ ਉਹ ਤੁਹਾਡੀ ਅੰਬੈਸੀ ਫੀਸ ਦੀ ਹੈ ਚਾਹੇ ਕਿਸੇ ਵੀ। ਸੋ ਰਿਜ਼ਲਟ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਕਿ ਰਿਜ਼ਲਟ ਆ ਜਾਏ। ਸੋ UK ਲਈ 6 ਓਵਰਆਲ ਬੈਂਡ ਜੇ ਤੁਹਾਡੇ ਹੈਗੇ ਆ, ਇੱਕ ਮੋਡਿਊਲ 'ਚ, 2 ਮੋਡਿਊਲ 'ਚ 5.5 ਨੇ, ਪਰਫੈਕਟਲੀ ਐਕਸੈਪਟੇਬਲ। ਮਤਲਬ ਉਹੀ ਗੱਲ ਜੋ ਆਪਾਂ ਕੈਨੇਡਾ ਲਈ ਅੱਜ ਤੋਂ 1 ਸਾਲ ਤੋਂ ਕਰ ਰਹੇ ਹਾਂ ਕਿ 1 ਮੋਡਿਊਲ 'ਚ 5.5 ਆ, ਉਸ ਤੋਂ ਪਹਿਲਾਂ 2 ਮੋਡਿਊਲ 'ਚ 5.5 ਵਾਲੇ ਵੀ ਬਹੁਤ ਵੀਜ਼ੇ ਲਏ। ਹੌਲੀ ਹੌਲੀ ਉਹਨੂੰ ਆਪਾਂ ਚੇਂਜ ਕਰਦੇ ਰਹੇ, ਐਵੋਲਿਊਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿੱਦਾਂ ਜਿੱਦਾਂ ਵੀਜ਼ਾ ਸਕਸੈਸ ਰੇਟ ਜਾਂ ਜਿੱਦਾਂ ਜਿੱਦਾਂ ਅੰਬੈਸੀ ਦੀਆਂ ਗਾਈਡਲਾਈਨਸ ਜਾਂ ਜਿੱਦਾਂ ਜਿੱਦਾਂ ਉਹਨਾਂ ਦੇ ਰਿਜ਼ਲਟਸ ਚੇਂਜ ਹੁੰਦੇ ਰਹੇ, ਉਸ ਤਰ੍ਹਾਂ ਅਸੀਂ ਵੀ ਉਹਨੂੰ ਸਾਰੀ ਚੀਜ਼ ਨੂੰ ਇਵੋਲਵ ਕਰਦੇ ਰਹੇ। ਸੋ ਅੱਜ ਦੀ ਡੇਟ 'ਚ ਉਹ ਐਵੋਲਿਊਸ਼ਨ ਕਿਤੇ ਨਾ ਕਿਤੇ UK ਵਿੱਚ ਵੀ ਆ ਗਈ ਹੈ। 6 ਓਵਰਆਲ ਬੈਂਡ ਤੁਹਾਡੇ ਹੈਗੇ ਆ, ਤੁਸੀਂ +2 ਪਾਸ ਹੋ, ਤੁਸੀਂ ਗ੍ਰੈਜੂਏਟ ਹੋ, ਤੁਸੀਂ GNM ਕੀਤੀ ਹੋਈ ਹੈ, ਤੁਸੀਂ ਕੋਈ ਡਿਪਲੋਮਾ ਕੀਤਾ ਹੈ ਪੋਲੀਟੈਕਨਿਕ ਦਾ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਆਲੀਫਿਕੇਸ਼ਨ ਤੁਹਾਡੀ +2 ਜਾਂ ਉਹਦੇ ਇਕੁਇਵਲੈਂਟ ਹੈਗੀ ਹੈ,
ਗ੍ਰੈਜੂਏਸ਼ਨ ਹੈਗੀ ਹੈ, ਮਾਸਟਰਜ਼ ਹੈਗੀ ਹੈ, ਯੂ ਆਰ ਐਲੀਜੀਬਲ, ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਵੀਜ਼ਾ ਲੱਗ ਰਿਹਾ। ਬਹੁਤ ਵਧੀਆ ਸਕਸੈਸ ਰੇਟ ਹੈ ਜਿਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਕੈਨੇਡਾ ਜਿਸ ਤਰੀਕੇ ਨਾਲ ਡਿਪ ਕੀਤਾ ਉਸ ਤਰੀਕੇ ਦੇ ਨਾਲ ਯੂਕੇ ਅੱਗੇ ਤੋਂ ਅੱਗੇ ਵੀਜ਼ਾ ਗ੍ਰਾਂਟ ਰੇਸ਼ੋ ਬਹੁਤ ਜ਼ਿਆਦਾ ਵੱਧ ਗਈ। ਗੈਪ ਕੀ ਚਾਹੀਦਾ ਤੁਹਾਨੂੰ, ਕਿਉਂਕਿ ਯੂਕੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ 2016, 17, 18, 19 ਪਾਸ ਆਊਟ ਸਟੂਡੈਂਟ ਵੀ ਐਕਸੈਪਟ ਹੋ ਰਿਹਾ ਯੂਨੀਵਰਸਿਟੀਜ਼ ਦੇ ਵਿੱਚ, ਔਰ ਯੂਨੀਵਰਸਿਟੀਜ਼ ਦੀ ਐਕਸੈਪਟੈਂਸ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਯੂਨੀਵਰਸਿਟੀ ਦੀ ਐਕਸੈਪਟੈਂਸ ਇਸ ਵੇਲੇ ਬਹੁਤ ਜ਼ਿਆਦਾ ਇੰਪੋਰਟੈਂਟ ਔਰ ਸ਼ਾਇਦ ਪ੍ਰਾਇਰਿਟੀ 'ਤੇ ਆ, ਬਿਕੋਜ਼ 30 ਪੁਆਇੰਟ ਜਿਹੜੇ ਤੁਹਾਨੂੰ ਮਿਲਣੇ ਆ ਉਹ 30 ਪੁਆਇੰਟ ਉਸ ਯੂਨੀਵਰਸਿਟੀ ਦੀ ਅਸੈਸਮੈਂਟ ਦੇ, ਉਸ ਯੂਨੀਵਰਸਿਟੀ ਦੀ ਕੈਸ ਲੈਟਰ 'ਤੇ ਮਿਲਣੇ ਆ। ਸੋ ਜੇ ਕਿਸੇ ਯੂਨੀਵਰਸਿਟੀ ਨੇ ਤੁਹਾਨੂੰ ਐਕਸੈਪਟ ਕਰ ਲਿਆ, ਜੇ ਕਿਸੇ ਯੂਨੀਵਰਸਿਟੀ ਨੇ ਤੁਹਾਨੂੰ ਕੈਸ ਲੈਟਰ ਦੇ ਦਿੱਤੀ ਤਾਂ ਤੁਸੀਂ 30 ਪੁਆਇੰਟ ਆਪਣੇ ਪੱਕੇ ਕਰ ਲਏ ਕਿ ਭਾਈ ਆਹ 30 ਪੁਆਇੰਟ ਤਾਂ ਮੇਰੇ ਪੱਕੇ ਹੋ ਗਏ, ਹੁਣ ਮੈਂ ਅਗਲੇ 10 ਪੁਆਇੰਟਾਂ ਬਾਰੇ ਕੰਮ ਕਰਾਂ। ਮਈ ਜੂਨ ਵੱਖਰੀ ਵੱਖਰੀ ਯੂਨੀਵਰਸਿਟੀਜ਼ ਦੀ ਵੱਖਰੀ ਵੱਖਰੀ ਸਟਾਰਟ ਡੇਟਸ ਯੂਕੇ ਦੀਆਂ ਅੱਗੋਂ ਵੀ ਹੈਗੀਆਂ। ਨੋਰਮਲੀ ਇਹਨਾਂ ਦਾ ਸਪਟੈਂਬਰ ਇਨਟੇਕ ਹੁੰਦਾ ਸੀਗਾ, ਬਟ ਸਕਸੈਸ ਰੇਟ ਦੇਖਦੇ ਹੋਏ ਹਰ ਯੂਨੀਵਰਸਿਟੀ ਦਾ ਵੀ ਦਿਲ ਕਰਦਾ ਕਿ ਹੋਰ ਵੱਧ ਤੋਂ ਵੱਧ ਸਟੂਡੈਂਟਸ ਆਉਣ। ਸੋ ਮਈ ਇਨਟੇਕ ਦੇ ਵਿੱਚ, ਜੂਨ ਇਨਟੇਕ ਦੇ ਵਿੱਚ ਸਟੂਡੈਂਟਸ ਜਾਣ ਲਈ ਜਾਣਾ ਚਾਹੁੰਦੇ ਆ ਜਿਹੜੇ, ਉਹ ਅੱਜ ਦੀ ਡੇਟ 'ਚ ਆਪਣੀਆਂ ਔਫਰ ਲੈਟਰਸ ਅਪਲਾਈ ਕਰਦੇ ਆ। ਔਫਰ ਲੈਟਰ ਦਾ ਪ੍ਰੋਸੈਸਿੰਗ ਟਾਈਮ ਵੀ ਯੂਕੇ ਦੇ ਵਿੱਚ ਘੱਟ ਗਿਆ, ਬਹੁਤ ਕੁਇਕ ਰਿਜ਼ਲਟਸ ਨੇ ਔਫਰ ਲੈਟਰ ਆਉਣ ਦੇ ਵਿੱਚ, ਬਸ਼ਰਤੇ ਠੀਕ ਯੂਨੀਵਰਸਿਟੀਜ਼ ਜਿਹਦੇ ਪ੍ਰੋਟੋਕੋਲ ਮੀਟ ਕਰਦੇ ਹੋ ਤੁਸੀਂ ਉਹਦੇ ਵਿੱਚ ਐਡਮਿਸ਼ਨ ਪਾਈ ਜਾਵੇ ਔਰ ਉਸ ਐਡਮਿਸ਼ਨ ਨੂੰ ਢੰਗ ਨਾਲ ਸਹੀ ਤਰੀਕੇ ਦੇ ਨਾਲ ਯੂਨੀਵਰਸਿਟੀ ਨੂੰ ਭੇਜਿਆ ਜਾਵੇ। ਸੋ ਯੂਨੀਵਰਸਿਟੀਜ਼ ਆਰ ਪ੍ਰੋਸੈਸਿੰਗ ਦਮ ਰੀਅਲੀ ਕੁਇਕਲੀ। ਉਸ ਤੋਂ ਬਾਅਦ ਉਹਨਾਂ ਨੂੰ ਕਈਆਂ ਨੂੰ ਫੰਡ ਚਾਹੀਦੇ ਆ, ਕੋਈ ਯੂਨੀਵਰਸਿਟੀ ਤੁਹਾਡੀ ਇੰਟਰਵਿਊ ਲੈਂਦੀ ਹੈ ਸੋ ਦੈਟ ਉਹ ਤੁਹਾਡੀ ਕੈਸ ਲੈਟਰ ਦੇ ਉੱਤੇ ਉਹ ਆਪਣੇ ਸੋਫਟਵੇਅਰਸ ਦੇ ਵਿੱਚ, ਸਿਸਟਮਸ ਦੇ ਵਿੱਚ ਅਪਡੇਟ ਕਰ ਸਕੇ ਕਿ ਮੈਂ ਇਹਨੂੰ ਦਾਖਲਾ ਇੰਟਰਵਿਊ ਦੇ ਬੇਸ 'ਤੇ ਦਿੱਤਾ, ਕਿ ਮੈਂ ਇਹਨੂੰ ਦਾਖਲਾ ਇਹਦੇ ਨੰਬਰਾਂ ਦੇ ਬੇਸ 'ਤੇ ਦਿੱਤਾ ਜਾਂ ਆਇਲਸ ਦੇ ਇਹਦੇ ਸਕੋਰ ਦੇ ਬੇਸ ਦੇ ਉੱਤੇ ਦਿੱਤਾ। ਸੋ ਹਰ ਯੂਨੀਵਰਸਿਟੀ ਦਾ ਕ੍ਰਾਈਟੀਰੀਆ, ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਕਹਿੰਦੇ ਸੀਗੇ ਕਿ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀਆਂ ਜਦੋਂ ਦਾ ਜੀ ਟੀ ਈ ਸ਼ੁਰੂ ਹੋਇਆ ਅਤੇ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀਜ਼ ਨੇ ਉਦੋਂ ਦਾ ਆਪਣਾ ਆਪਣਾ ਕ੍ਰਾਈਟੀਰੀਆ ਬਣਾ ਲਿਆ ਜੀ ਟੀ ਦਾ, ਕਿਸੇ ਨੂੰ 6 ਬੈਂਡ ਐਕਸੈਪਟੇਬਲ ਨੇ ਅਤੇ ਕਿਸੇ ਨੂੰ 6.5 ਐਕਸੈਪਟੇਬਲ ਨੇ, ਕਿਸੇ ਨੂੰ 60% ਮਾਰਕਸ ਦੇ ਨਾਲ ਬੱਚੇ ਨੂੰ ਐਡਮਿਸ਼ਨ ਦੇ ਰਹੀ ਹੈ ਅਤੇ ਕੋਈ ਯੂਨੀਵਰਸਿਟੀ 70% ਦੇ ਨਾਲ ਵੀ ਰਿਫਿਊਜ਼ ਕਰ ਰਹੀ ਹੈ। ਸੋ ਇਸੇ ਤਰ੍ਹਾਂ ਯੂਕੇ ਦੇ ਵਿੱਚ ਵੀ ਯੂਨੀਵਰਸਿਟੀਜ਼ ਨੇ ਆਪਣਾ ਪ੍ਰੋਟੋਕੋਲ ਅਤੇ ਆਪਣੇ ਸਿਸਟਮ ਸੈੱਟ ਕਰ ਲਏ ਕਿ ਮੈਨੂੰ ਕਿੰਨੇ ਬੈਂਡ ਅਤੇ ਕਿੰਨੇ ਨੰਬਰ ਚਾਹੀਦੇ ਆ। ਸੋ ਵੰਸ ਦੈਟ ਇਜ਼ ਡਨ, ਜਦੋਂ ਇਹ ਤੁਹਾਡੀ ਐਡਮਿਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਯੂ ਆਰ ਗੁੱਡ, ਇਰਰਿਸਪੈਕਟਿਵ ਉਹ ਯੂਨੀਵਰਸਿਟੀ ਕਿੱਥੇ ਹੈ ਕੀ ਨਹੀਂ ਚੱਲਦਾ ਪਿਆ। ਸੋ ਇਹ ਤਾਂ ਸੀਗੀ ਜੀ ਯੂਕੇ ਦੀ ਗੱਲ ਕਿ ਅੱਜ ਦੀ ਰੇਟ ਦੇ ਵਿੱਚ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਡੂ ਨਾਟ ਮਿਸ ਆਊਟ, ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਜੇ ਕੋਈ ਕੰਟਰੀ ਵੀਜ਼ੇ ਦੇ ਰਹੀ ਹੈ, ਜੇ ਤੁਸੀਂ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਜੇ ਤੁਸੀਂ ਸੋਚਦੇ ਹੋ ਬਾਹਰ ਜਾ ਕੇ ਪੜ੍ਹਾਈ ਕਰਨਾ, ਵੇਟ ਨਾ ਕਰੋ ਕਿਸੇ ਚੀਜ਼ ਦੀ। ਕੋਈ ਪਤਾ ਨਹੀਂ ਕਿਸ ਦਿਨ ਕਿਹੜੀ ਅੰਬੈਸੀ ਨੇ ਕਦੋਂ ਵੀਜ਼ੇ ਦੇਣੇ ਬੰਦ ਕਰ ਦੇਣੇ, ਕਦੋਂ ਸਟ੍ਰਿਕਟਨੈਸ ਵੱਧ ਜਾਣੀ, ਕਦੋਂ ਵੀਜ਼ਾ ਕ੍ਰਾਈਟੀਰੀਆ ਵੱਧ ਜਾਣਾ, ਕਦੋਂ ਉਹਨਾਂ ਦੀ ਜਿਹੜੀ ਰਿਕੁਆਇਰਮੈਂਟਸ ਵੱਧ ਜਾਣੀਆਂ। ਕਦੀ ਵੀ ਇਹ ਚੀਜ਼ਾਂ ਤੁਹਾਡੇ ਮੇਰੇ ਕਿਸੇ ਕੰਸਲਟੈਂਟ, ਕਿਸੇ ਏਜੰਟ, ਕਿਸੇ ਕਾਲਜ, ਕਿਸੇ ਯੂਨੀਵਰਸਿਟੀ ਦੇ ਹੱਥ 'ਚ ਨਹੀਂ ਹੈਗੀਆਂ। ਇਹ ਸਾਰੀਆਂ ਚੀਜ਼ਾਂ ਅੰਬੈਸੀ, ਇਮੀਗ੍ਰੇਸ਼ਨ ਮਿਨਿਸਟਰਸ ਦੇ ਡਿਸਾਈਡ ਕਿ ਉਹਨਾਂ ਦਾ ਕੀ ਉਹਨਾਂ ਦੀ ਹੁਣ ਚਾਹਤ ਕੀ ਹੈ, ਕਿਸ ਤਰ੍ਹਾਂ ਦਾ ਬੱਚਾ ਲੈਣਾ, ਕਿੰਨੇ ਬੱਚੇ ਲੈਣੇ, ਕਿੰਨੇ ਬੱਚੇ ਨਹੀਂ ਲੈਣੇ। ਸੋ ਜੇ ਯੂਕੇ ਜਾਣਾ ਚਾਹੁੰਦੇ ਹੋ, ਯੂਕੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਡੂ ਨਾਟ ਵੇਟ, ਡੂ ਨਾਟ ਸਿਟ ਔਨ ਦਾ ਥਿੰਗਸ, ਮੈਂ ਹਜੇ ਦੇਖਦਾ ਵਾਂ, ਮੈਂ ਹਜੇ ਕਰਦਾ। ਹਾਂ, ਕਈ ਵਾਰੀ ਜਿੱਦੀ ਹੁੰਦੀ ਹੈ ਕਿ ਨਹੀਂ ਜੀ ਜਾਣਾ ਤਾਂ ਮੈਂ ਕੈਨੇਡਾ ਹੀ ਜਾਣਾ, ਫਿਰ ਆਪਾਂ ਵੇਟ ਕਰ ਲਈਏ, ਕਿਉਂਕਿ ਇਸ ਵੇਲੇ ਤਾਂ ਕੈਨੇਡਾ ਦਾ ਜੋ ਹਾਲ ਹੈ, ਇਸ ਵੇਲੇ ਤਾਂ ਵੀਜ਼ੇ ਲੱਗਦੇ ਦਿਸਦੇ ਨਹੀਂ ਮੇਰੇ ਵੀਰ।
ਸੋ ਬੈਟਰ ਹੈ ਜੇ ਸਿਰਫ ਕਿ ਪੜ੍ਹਨ ਜਾਣਾ ਆਸਟ੍ਰੇਲੀਆ UK ਇਹ ਆਪਸ਼ਨਸ ਅਵੇਲੇਬਲ ਨੇ। ਆਸਟ੍ਰੇਲੀਆ ਦੀ ਗੱਲ 'ਤੇ ਆ ਜੀ, ਆਸਟ੍ਰੇਲੀਆ ਇੱਕ ਇੱਦਾਂ ਦੀ ਕੰਟਰੀ ਹੈ ਜਿਹਨੂੰ ਸ਼ਾਇਦ ਪਤਾ ਕਿ ਉਹ ਕੀ ਕਰਦੇ ਪਏ ਆ ਜਾਂ ਕੀ ਕਰਨਾ ਚਾਹੁੰਦੇ ਆ। ਪਿਛਲੇ ਕਿੰਨੇ ਹੀ ਸਾਲਾਂ ਤੋਂ ਜਦੋਂ ਤੋਂ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਸ਼ੁਰੂ ਕੀਤਾ ਸੀ ਇਹਨਾਂ ਨੇ, ਉਸ ਤੋਂ ਬਾਅਦ SSVF ਕਰਤਾ। ਸੋ SSVF ਦੇ ਵਿੱਚ ਇੱਕ ਕੰਸਿਸਟੈਂਸੀ ਹੈ ਆਸਟ੍ਰੇਲੀਆ ਦੇ ਵਿੱਚ। 2019 ਦੀ ਗੱਲ ਕਰ ਲਈਏ ਤਾਂ ਤਕਰੀਬਨ 125,000 ਬੱਚਾ ਆਸਟ੍ਰੇਲੀਆ ਪੜ੍ਹਾਈ ਕਰਨ ਗਿਆ। ਅਖਬਾਰਾਂ 'ਚ ਐਡ ਦੇਖ ਲਈਏ, ਪੰਜਾਬ ਦੀ ਅਖਬਾਰਾਂ 'ਚ ਜਾਂ ਪੰਜਾਬ ਦੇ TV ਚੈਨਲਾਂ 'ਤੇ ਜਾਂ ਪੰਜਾਬ ਦੀ ਕੰਸਲਟੈਂਟ ਦੇ ਫੇਸਬੁੱਕ ਪੇਜਾਂ 'ਤੇ ਦੇਖ ਲਈਏ, ਉੱਥੇ ਆਸਟ੍ਰੇਲੀਆ ਹੈ ਹੀ ਕਿਤੇ ਨਹੀਂ। ਉੱਥੇ ਕਿਤੇ ਤੁਹਾਨੂੰ ਆਸਟ੍ਰੇਲੀਆ ਦਿਸਦਾ ਨਹੀਂ, ਇੱਦਾਂ ਲੱਗਦਾ ਆਸਟ੍ਰੇਲੀਆ ਲੋਕ ਗਏ ਨਹੀਂ। ਸੋ ਜਦੋਂ ਇਹ ਚੀਜ਼ਾਂ ਆਪਾਂ ਦੇਖਦੇ, ਇਹਦੇ ਪਿੱਛੇ ਕੋਸ਼ਿਸ਼ ਕਰਦੇ ਹਾਂ ਕਿ ਇੱਦਾਂ ਕਿਉਂ। ਅਸੀਂ ਰੈਗੂਲਰ ਬੇਸਿਸ 'ਤੇ, ਜੇ ਮੈਂ ਆਪਣੀ ਟੀਮ ਦੀ ਗੱਲ ਕਰ ਲਾਂ, ਰੈਗੂਲਰ ਬੇਸਿਸ 'ਤੇ ਆਸਟ੍ਰੇਲੀਆ ਦੀ ਕੇਸਿਸ ਸਾਡੇ ਕੋਲ ਆਉਂਦੇ ਆ, ਰੈਗੂਲਰ ਬੇਸਿਸ 'ਤੇ ਉਹਨਾਂ ਦੇ ਵੀਜ਼ੇ ਲੱਗਦੇ ਆ। ਬਟ ਜਦੋਂ ਅਸੀਂ ਦੇਖਦੇ ਹਾਂ ਕਿ ਯਾਰ ਹੋਰ ਕਿਤੇ ਕੋਈ ਪ੍ਰਮੋਸ਼ਨ ਨਹੀਂ ਆਸਟ੍ਰੇਲੀਆ ਦੀ, ਕੰਮ ਔਖਾ ਹੈ। UK ਜਾਂ ਅੱਜ ਦੇ ਵਾਂਗਰ ਕੈਨੇਡਾ ਵਾਂਗਰ ਨਹੀਂ ਕਿ ਫਟਾਫਟ ਐਡਮਿਸ਼ਨ ਪਾਈ, ਇੱਕ ਪ੍ਰਾਈਵੇਟ ਕਾਲਜ ਤੋਂ ਆਫਰ ਲੈਟਰ ਲਿੱਤੀ, ਆਫਰ ਲੈਟਰ ਲੈ ਕੇ ਉਹਦਾ ਵੀਜ਼ਾ ਅਪਲਾਈ ਕਰਤਾ, ਅਗਲੇ ਦਿਨ GIC ਸਟੂਡੈਂਟ ਦੇ ਖਾਤੇ 'ਚੋਂ ਭਿਜਵਾ ਦਿੱਤੀ, ਫੀਸ ਭਿਜਵਾ ਦਿੱਤੀ। ਉਸ ਫੀਸ ਦੇ ਵਿੱਚ ਵੀ $2-3 ਦਾ ਆਪਣਾ ਮਾਰਜਨ ਰੱਖ ਲਿਆ, ਅੰਬੈਸੀ ਫੀਸ ਲੈ ਲਈ, ਆਪਣੀ ਪ੍ਰੋਸੈਸਿੰਗ ਫੀਸ ਲੈ ਲਈ। ਬੜਾ ਸੌਖਾ ਅੱਜ ਦੀ ਡੇਟ 'ਚ ਕਿਸੇ ਵੀ ਕੰਸਲਟੈਂਟ ਕੋਲ, ਅੱਜ ਵੀ ਚੱਲ ਜਾਓ ਤੁਹਾਡਾ ਕੈਨੇਡਾ ਦਾ ਅਪਲਾਈ ਕਰ ਦੂਗਾ ਚੁੱਕ ਕੇ। ਬੜੇ ਇੱਥੇ ਪ੍ਰਾਈਵੇਟ ਕਾਲਜਿਸ ਇੱਦਾਂ ਦੇ ਨੇ, ਹੋਸਪਿਟੈਲਿਟੀ ਦਾ ਇੱਕ ਪ੍ਰੋਗਰਾਮ ਹੈ ਕਿਸੇ ਕੋਲ, ਕਿਸੇ ਕੋਲ ਬਿਜ਼ਨਸ ਦਾ ਇੱਕ ਪ੍ਰੋਗਰਾਮ ਹੈ, ਸੋ ਉਹਨਾਂ ਦੇ ਵਿੱਚ ਅਪਲਾਈ ਹੋਈ ਜਾਂਦਾ। ਸੋ ਦੂਜੇ ਦਿਨ ਤੀਜੇ ਦਿਨ ਤੁਹਾਡੀ ਫਾਈਲ ਅੰਬੈਸੀ ਲੱਗ ਜਾਂਦੀ, ਤੁਸੀਂ ਵੀ ਬੜੇ ਖੁਸ਼ ਹੁੰਦੇ ਹੋ, ਲੈ 2 ਦਿਨ 'ਚ ਭਾਅ ਜੀ ਸਾਡੀ ਫਾਈਲ ਅੰਬੈਸੀ ਲੱਗ ਗਈ। ਹੁਣ ਉਹ ਜਿਹੜੀ 2 ਦਿਨਾਂ 'ਚ ਫਾਈਲ ਲੱਗ ਗਈ, ਹੁਣ ਅੱਜ ਦੀ ਡੇਟ 'ਚ ਕੈਨੇਡਾ ਦਾ ਹਾਲ ਹੈ ਕਿ 2 ਦਿਨਾਂ 'ਚ ਵਾਪਸ ਵੀ ਆ ਜਾਂਦੀ ਹੈ। ਸੋ ਕੁੱਲ ਮਿਲਾ ਕੇ 4 ਦਿਨਾਂ 'ਚ ਤੁਸੀਂ ਵਿਹਲੇ, 2 ਦਿਨ 'ਚ ਤੁਸੀਂ ਫਾਈਲ ਉਹਨੂੰ ਦਿੱਤੀ, 2 ਦਿਨਾਂ 'ਚ ਉਹਨੇ ਅੰਬੈਸੀ ਲਾ ਦਿੱਤੀ, ਅਤੇ ਅੰਬੈਸੀ ਵੀ ਕਹਿੰਦੀ ਕਿ ਯਾਰ ਜੇ ਤੁਸੀਂ ਵੀ 2 ਦਿਨ ਲਿੱਤੇ ਆ ਤਾਂ ਮੈਂ ਵੀ 2 ਦਿਨ ਹੀ ਲੈਣੇ, ਹੁਣ ਮੈਂ ਵੀ 2 ਦਿਨਾਂ 'ਚ ਰਿਜ਼ਲਟ ਦੇ ਕੇ ਤਾਂ ਤੁਹਾਨੂੰ ਵਾਪਸ ਦੇ ਦਿੰਦੀ ਹਾਂ। ਔਨ ਦੀ ਅਦਰ ਹੈਂਡ ਆਸਟ੍ਰੇਲੀਆ, ਇੱਕ ਕੇਸ ਦੀ ਐਡਮਿਸ਼ਨ ਕਰਾਉਣੀ ਹੋਵੇ ਨਾ ਜਦੋਂ, ਤਾਂ ਬੰਦੇ ਦੇ ਗੋਡੇ ਰਗੜ ਜਾਂਦੇ। ਬੰਦੇ ਨੂੰ ਜਦੋਂ ਐਡਮਿਸ਼ਨ ਕਿਸੇ ਸਟੂਡੈਂਟ ਦੀ ਉੱਥੇ ਕਰਾਉਣੀ ਹੋਵੇ, ਹਰ ਯੂਨੀਵਰਸਿਟੀ ਆਸਟ੍ਰੇਲੀਆ ਦੀਆਂ 39 ਯੂਨੀਵਰਸਿਟੀਜ਼ ਨੇ ਜਿਹੜੀਆਂ ਇੰਡੀਆ 'ਚ ਕੰਮ ਕਰਦੀਆਂ, ਇੰਡੀਆ ਤੋਂ ਐਡਮਿਸ਼ਨਾਂ ਲੈਂਦੀਆਂ, ਹਰ ਯੂਨੀਵਰਸਿਟੀ ਦਾ ਆਪਣਾ ਐਡਮਿਸ਼ਨ ਕ੍ਰਾਈਟੀਰੀਆ, ਹਰ ਯੂਨੀਵਰਸਿਟੀ ਦਾ ਆਪਣਾ GTE ਦਾ 4-4, 5-5 ਪੇਜਾਂ ਦਾ ਫੋਰਮ ਹੈ, ਜਿਹਦੇ ਵਿੱਚ 10-10, 20-20 ਸਵਾਲ ਪੁੱਛੇ ਹੋਏ ਆ ਕਿ ਕਿੰਨੀ ਦੇਰ ਤੱਕ, ਕਦੋਂ ਤਾਂ ਉਹ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ, ਕਿੱਦਾਂ ਤੁਸੀਂ ਐਡਮਿਸ਼ਨ ਲੈਣੀ ਹੈ, ਕਿਹੜੇ ਕੋਰਸ 'ਚ ਲੈਣੀ ਹੈ, ਕਿਉਂ ਲੈਣੀ ਹੈ, ਇਕੱਲੇ ਆ ਰਹੇ ਹੋ, ਵਾਈਫ ਹਸਬੈਂਡ ਨਾਲ ਆ ਰਿਹਾ, ਕੋਈ ਫੈਮਿਲੀ 'ਚ ਕੌਣ ਹੈ, ਫੰਡਸ ਕਿੱਥੋਂ ਦੀ ਆਉਣਗੇ, ਸੋਰਸ ਆਫ ਇਨਕਮ ਕੀ ਹੈਗਾ, ਉਹ ਸਾਰੇ ਸਵਾਲ ਪਹਿਲਾਂ ਹੀ ਪੁੱਛ ਲਏ ਜਾਂਦੇ ਆ। ਅੰਬੈਸੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਇੰਨੇ ਕੁ ਸਵਾਲ ਪੁੱਛ ਲਏ ਜਾਂਦੇ ਕਿ ਐਡਮਿਸ਼ਨ ਨੂੰ ਹੀ 1-2 ਮਹੀਨੇ ਲੱਗ ਜਾਂਦੇ ਆ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਇੰਟਰਵਿਊ ਲੈਂਦੀਆਂ ਸਟੂਡੈਂਟ ਦੀਆਂ, ਇਹ ਪਤਾ ਕਰਨ ਲਈ GTE ਕ੍ਰਾਈਟੀਰੀਆ, GTE ਚੈੱਕ ਕਰਨ ਲੱਗੇ। ਗੁਰਲਾਲ ਸਿੰਘ ਜੀ ਕਹਿ ਰਹੇ ਭਾਅ ਜੀ ਬਹੁਤ ਲੱਗ ਰਹੇ ਆ, ਕੈਨੇਡਾ ਰੁਕੇ ਕਿੱਥੋਂ ਸੀ। ਹਾਂਜੀ ਲੱਗ ਰਿਹਾ ਜੀ, ਬਹੁਤ ਬਹੁਤ ਲੱਗ ਰਿਹਾ ਜੀ, ਅਸੀਂ ਵੀ ਰੋਜ਼ ਲਵਾਈਦੇ ਆ। ਸੋ ਰੈਗੂਲਰ ਬੇਸਿਸ 'ਤੇ ਦੇਖਦੇ ਆ ਜੀ ਕਿੰਨੇ ਕੁ ਲੱਗ ਰਹੇ ਆ। ਬੜੇ ਕਾਲਜਾਂ ਨਾਲ ਇੱਥੇ ਮੁਲਾਕਾਤ ਹੋਈ ਹੈ, ਮੈਂ ਅੱਜ ਟੋਰੋਂਟੋ ਦੇ ਵਿੱਚ ਹਾਂ, ਅਗੇਨ ਗੋਇੰਗ ਟੂ ਅ ਕਾਲਜ, ਕਾਲਜ ਦੇ ਨਾਲ ਮੀਟਿੰਗ ਹੈਗੀ ਹੈ, ਅਤੇ ਉੱਥੋਂ ਪਤਾ ਲੱਗ ਜਾਂਦਾ ਜੀ ਕਿ ਕਿੰਨੇ ਕੁ ਲੱਗ ਰਹੇ ਆ, ਕਿੰਨੇ ਕੁ ਨਹੀਂ। ਆ ਦੇਖੋ ਆਫਿਸ ਆਰਸ ਹੈ, ਟ੍ਰੈਫਿਕ ਨਾਲ ਭਰੀ ਹੋਈ ਸੜਕ ਹੈ, ਅਤੇ
ਇਸ ਜਿਹੜੇ ਕਾਲਜ ਕੋਲ ਚੱਲਾਂ ਇਹ ਵੀ ਦੱਸ ਦੂਗਾ ਕਿੰਨੇ ਕੁ ਵੀਜ਼ੇ ਇਹਨਾਂ ਦੇ ਲੱਗ ਰਹੇ ਆ, ਕਿੰਨੇ ਕੁ ਨਹੀਂ ਲੱਗ ਰਹੇ। ਸੋ ਐਨੀਵੇਜ਼, ਗੈਟਿੰਗ ਬੈਕ ਟੂ ਆਸਟ੍ਰੇਲੀਆ, ਸੋ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਦੇ ਉੱਤੇ ਡਿਪੈਂਡ ਆ, ਸਪੈਸ਼ਲੀ ਜਦੋਂ ਤੋਂ ਇੰਡੀਆ ਨੂੰ ਅਸੈਸਮੈਂਟ ਲੈਵਲ 3 'ਚ ਪਾਇਆ, ਉਦੋਂ ਦਾ ਹੋਰ ਜ਼ਿਆਦਾ ਕੇਅਰਫੁੱਲ ਹੋ ਕੇ ਚੱਲਣਾ ਪੈ ਰਿਹਾ ਕਿ ਭਾਈ ਜਿਹੜੀ ਵੀ ਯੂਨੀਵਰਸਿਟੀ 'ਚ ਐਡਮਿਸ਼ਨ ਹੋਏ, ਇੱਕ ਇੱਕ ਸਟੂਡੈਂਟ ਦੀ ਐਡਮਿਸ਼ਨ ਦੋ ਦੋ ਤਿੰਨ ਤਿੰਨ ਯੂਨੀਵਰਸਿਟੀਜ਼ ਦੇ ਵਿੱਚ ਪਾਣੀ ਪੈਂਦੀ ਆ। ਔਰ ਕਿਉਂ ਪਾਣੀ ਪੈਂਦੀ ਆ? ਕਿਉਂਕਿ ਕੋਈ ਪਤਾ ਨਹੀਂ ਕਿੱਥੇ ਜੀ ਟੀ ਰਿਫਿਊਜ਼ ਹੋ ਜਾਏ। ਕਈ ਵਾਰੀ ਉਹ ਚਾਹੇ ਇੰਟਰਵਿਊ ਕਰਕੇ ਆ, ਕਈ ਵਾਰੀ ਹੁਣ ਦੇਖੋ 10 ਸਵਾਲ ਜਾਂ 15 ਸਵਾਲ ਜਿਹੜੇ ਯੂਨੀਵਰਸਿਟੀ ਨੇ ਪਹਿਲਾਂ ਹੀ ਤੁਹਾਨੂੰ ਪੁੱਛ ਲੈਣੇ, ਉਸ ਕੁਐਸਚਨਸ ਦੇ ਵਿੱਚ ਹੋ ਸਕਦਾ ਕਿਤੇ ਨਾ ਕਿਤੇ ਉਹ ਸੈਟਿਸਫਾਈ ਨਾ ਹੋਏ। ਤੁਹਾਡਾ ਕਿਸੇ ਪਰਟੀਕੁਲਰ ਯੂਨੀਵਰਸਿਟੀ 'ਚ ਮੈਲਬਰਨ 'ਚ ਐਡਮਿਸ਼ਨ ਪਾਤੀ, ਹੋ ਸਕਦਾ ਮੈਲਬਰਨ ਦੀ ਉਹ ਯੂਨੀਵਰਸਿਟੀ ਤੁਹਾਡੇ ਆਨਸਰਸ ਤੋਂ ਸੈਟਿਸਫਾਈ ਨਾ ਹੋਵੇ, ਤੁਹਾਡੀ ਸਟੇਟਮੈਂਟ ਆਫ ਪਰਪਸ ਤੋਂ ਸੈਟਿਸਫਾਈ ਨਾ ਹੋਵੇ। ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦੀ ਹਰ ਯੂਨੀਵਰਸਿਟੀ ਸਟੇਟਮੈਂਟ ਆਫ ਪਰਪਸ ਪਹਿਲਾਂ ਮੰਗਦੀ ਹੈ ਸਟੂਡੈਂਟ ਤੋਂ ਕਿ ਭਾਈ ਆਪਣੀ ਸਟੇਟਮੈਂਟ ਆਫ ਪਰਪਸ ਸਾਨੂੰ ਦਿਓ। ਅਸੀਂ ਜੱਜ ਕਰਨਾ ਚਾਹੁੰਦੇ ਇੰਟੈਂਸ਼ਨ ਕੀ ਹੈ ਤੁਹਾਡੀ। ਆਸਟ੍ਰੇਲੀਆ ਦੇ ਵਿੱਚ ਸਾਰੀ ਕਹਾਣੀ ਅੱਜ ਦੀ ਡੇਟ 'ਚ ਇੰਟੈਂਸ਼ਨ ਦੀ ਹੈ ਕਿ ਕੀ ਉਹ ਯੂਨੀਵਰਸਿਟੀ ਤੁਹਾਡੀ ਇੰਟੈਂਸ਼ਨਸ ਤੋਂ ਸੈਟਿਸਫਾਈਡ ਹੈ, ਕਿ ਉਹਨੂੰ ਲੱਗਦਾ ਕਿ ਜਿਹੜੀ ਤੁਹਾਡੀ ਇੰਟੈਂਸ਼ਨ ਹੈ ਜੈਨੂਨਲੀ ਐਜੂਕੇਸ਼ਨ ਹੈ ਜਾਂ ਉਹ ਇੰਟੈਂਸ਼ਨ ਸਿਰਫ ਆਸਟ੍ਰੇਲੀਆ ਪਹੁੰਚਣ ਦੀ ਹੈ। ਸੋ ਜਦੋਂ ਆਸਟ੍ਰੇਲੀਆ ਦੀ ਐਡਮਿਸ਼ਨ ਅਪਲਾਈ ਹੁੰਦੀ ਹੈ, ਉਹ ਮਹੀਨਾ ਮਹੀਨਾ ਦੋ ਦੋ ਮਹੀਨਾ ਉਸ ਐਡਮਿਸ਼ਨ ਨੂੰ ਲੱਗ ਜਾਂਦੇ ਆ, ਔਰ ਉਹ ਸਾਰਾ ਜੀ ਟੀ ਕ੍ਰਾਈਟੀਰੀਆ ਉਹ ਸਾਰਾ ਕੁਝ ਫੁਲਫਿਲ ਕਰਨ ਨੂੰ ਇੱਕ ਕੰਸਲਟੈਂਟ ਦਾ ਚੰਗਾ ਜ਼ੋਰ ਲੱਗਦਾ, ਜਿਹਦੇ ਕਰਕੇ ਸ਼ਾਇਦ ਪੰਜਾਬ ਦੀਆਂ ਅਖਬਾਰਾਂ ਤੋਂ, ਜਿਹਦੇ ਕਰਕੇ ਸ਼ਾਇਦ ਇਸ਼ਤਿਹਾਰਾਂ 'ਚ ਆਸਟ੍ਰੇਲੀਆ ਗੈਪ ਹੈ, ਕਿਉਂਕਿ ਮਿਹਨਤ ਕਰਕੇ ਤਾਂ ਰਾਜੀ ਕੋਈ ਨਹੀਂ ਨਾ। ਕੈਨੇਡਾ ਦਾ ਬੜਾ ਸੌਖਾ ਕੰਮ ਸੀਗਾ, ਚੁੱਕ ਚੁੱਕ ਕੇ ਪਾਈ ਜਾਓ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ। ਅਗਲਿਆਂ ਨੇ ਵੀ ਮਿੰਟੋ ਮਿੰਟੀ ਯਾਦ ਕਰਾ ਦਿੱਤਾ ਕਿ ਯਾਰ ਕਿ ਇੰਨੀ ਦੇਰ ਵੀਜ਼ੇ ਨਹੀਂ ਇੱਦਾਂ ਚੱਲਦੇ ਹੁੰਦੇ। ਠੀਕ ਹੈ ਜੀ, ਸੋ ਆਹ ਮੇਜਰ ਛੋਟੀਆਂ ਛੋਟੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਆਸਟ੍ਰੇਲੀਆ, ਕੈਨੇਡਾ ਔਰ UK ਬਾਰੇ ਗੱਲ ਕਰਨੀ ਚਾਹੁੰਦਾ ਸੀਗਾ, ਦੱਸਣਾ ਚਾਹੁੰਦਾ ਸੀਗਾ ਕਿ ਅਪਡੇਟਸ ਕੀ ਨੇ। ਕੋਈ ਸ਼ਰਮ ਨਹੀਂ ਦੱਸਣ 'ਚ ਕੈਨੇਡਾ ਦੇ ਵੀਜ਼ੇ ਰਿਫਿਊਜ਼ ਹੋ ਰਹੇ। ਹਾਂਜੀ ਹੋ ਰਹੇ ਜੀ, ਅੰਬੈਸੀ ਰਿਫਿਊਜ਼ ਕਰ ਰਹੀ, ਮੇਰੇ ਦਫ਼ਤਰੋਂ ਨਿੱਜੇ ਰਿਫਿਊਜ਼ ਹੋ ਰਹੇ ਜਾਂ ਕਿਸੇ ਪਰਟੀਕੁਲਰ ਬੰਦੇ ਦੇ ਆਫਿਸ ਤੋਂ ਰਿਫਿਊਜ਼ ਨਹੀਂ ਹੋ ਰਹੇ। ਇਟ ਇਜ਼ ਦੀ ਅੰਬੈਸੀ ਵਿੱਚ ਗਿਵਸ ਦਾ ਵੀਜ਼ਾ, ਜਦੋਂ ਲੱਗਦੇ ਸੀ ਉਦੋਂ ਵੀ ਉਸੇ ਅੰਬੈਸੀ ਤੋਂ ਲੱਗਦੇ ਸੀ ਤਾਂ ਹੁਣ ਵੀ ਉਸੇ ਤੋਂ ਹੀ ਰਿਫਿਊਜ਼ ਹੁੰਦੇ ਪਏ ਆ। UK 100% ਵੀਜ਼ਾ ਸਕਸੈਸ ਰੇਟ ਚੱਲ ਰਿਹਾ, ਮੇਰਾ ਇਕੱਲੇ ਦਾ ਵੀਜ਼ਾ ਚੱਲ ਰਿਹਾ, UK ਅੰਬੈਸੀ ਦਾ ਚੱਲ ਰਿਹਾ। ਵੰਸ ਅਗੇਨ, ਜੇ ਐਡਮਿਸ਼ਨ ਸਹੀ ਤਰੀਕੇ ਨਾਲ ਸਹੀ ਯੂਨੀਵਰਸਿਟੀ ਦੇ ਵਿੱਚ ਹੋਈ ਹੋਵੇ, ਅੰਬੈਸੀ ਅੱਜ ਦੀ ਡੇਟ ਦੇ ਵਿੱਚ ਵੀਜ਼ਾ ਰਿਫਿਊਜ਼ ਨਹੀਂ ਕਰ ਰਹੀ, ਅਨਲੈਸ ਐਂਡ ਅੰਟਿਲ ਤੁਸੀਂ ਕੋਈ ਪੁਰਾਣੀ ਰਿਫਿਊਜ਼ਲ ਹੈ, ਤੁਹਾਡੇ ਕੋਈ ਬੈਨ ਲੱਗਾ ਹੋਇਆ ਅੰਡਰ ਸੈਕਸ਼ਨ 4020। ਸੋ ਕੋਈ ਵੀ ਇੱਦਾਂ ਦਾ ਰੀਜ਼ਨ ਹੈਗਾ, 4020 ਸ਼ਾਇਦ ਆਸਟ੍ਰੇਲੀਆ 'ਚ ਹੁੰਦਾ, ਇੱਥੇ ਬੈਨ ਨੂੰ ਅੰਡਰ ਸੈਕਸ਼ਨ 320 ਕਹਿੰਦੇ ਆ। ਸੋ ਕੋਈ ਵੀ ਰੀਜ਼ਨ ਹੈਗਾ ਜਿਹਦੇ ਕਰਕੇ ਤੁਹਾਡੀ ਪੁਰਾਣੀ ਰਿਫਿਊਜ਼ਲ ਸੀਗੀ ਜਾਂ ਕੋਈ ਚੀਜ਼ ਆਪਾਂ ਹਾਈਡ ਕੀਤੀ ਸੀ, ਜੇ ਇੱਦਾਂ ਦਾ ਕੁਛ ਹੈਗਾ ਫਿਰ ਰਿਫਿਊਜ਼ਲ ਹੈ UK ਦੀ। ਤੁਸੀਂ ਪਹਿਲਾਂ ਆਲਰੇਡੀ ਪੁਰਾਣਾ ਉੱਥੇ ਰਹਿ ਕੇ ਆਏ ਹੋ, ਗਏ ਸੀਗੇ ਉਦੋਂ ਕੁਛ ਇੱਦਾਂ ਦਾ ਤੁਹਾਡੇ ਉੱਥੇ ਚਾਰਜਸ ਦੇ। ਸੋ ਮਤਲਬ ਸਿੱਧੇ ਸਿੱਧੇ ਰੀਜ਼ਨਸ ਨਹੀਂ ਹੈਗੇ, ਵੈਰੀ ਐਕਸੈਪਸ਼ਨਲ ਕੇਸਿਸ ਨੇ ਜਿਹਦੇ ਵਿੱਚ ਰਿਫਿਊਜ਼ਲ ਹੈ। ਆਸਟ੍ਰੇਲੀਆ ਟਾਈਮ ਲੱਗਦਾ, ਮਿਹਨਤ ਲੱਗਦੀ ਆ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਨ ਨੂੰ, ਯੂਨੀਵਰਸਿਟੀਜ਼ ਦੀ GTE ਥਰੂ ਕਰਨ ਨੂੰ, ਬਟ ਅਲਟੀਮੇਟਲੀ ਰਿਜ਼ਲਟ ਚੰਗਾ। ਇੱਕ ਚੀਜ਼ ਜਿਹੜੀ ਰੀਸੈਂਟਲੀ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਆਈ ਹੈ, ਸਵੇਰੇ ਮੇਰੀ ਰਮਨ ਨਾਲ ਗੱਲ ਹੋ ਰਹੀ ਸੀਗੀ, ਸੋ ਇੱਕ ਚੀਜ਼ ਜਿਹੜੀ ਦੇਖਣ ਨੂੰ ਆਈ ਹੈ ਹੁਣ, ਇਹ ਵੀ ਚੀਜ਼ ਵੀਜ਼ੇ ਲਵਾ ਕੇ ਵੀਜ਼ੇ ਅਪਲਾਈ ਕਰਕੇ ਰਿਫਿਊਜ਼ ਕਰਾ ਕੇ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਕਿਤੇ ਨਾ ਕਿਤੇ ਆਸਟ੍ਰੇਲੀਅਨ ਅੰਬੈਸੀ ਵੀ ਹੁਣ +2 ਦੇ ਨਾਲ ਜਿਹੜਾ ਸਪਾਊਸ ਜਾ ਰਿਹਾ ਉਹਨੂੰ ਲੈ ਕੇ ਸਟ੍ਰਿਕਟ ਹੁੰਦੀ ਦਿਖ ਰਹੀ ਹੈ। ਰੀਸੈਂਟਲੀ ਕੁਛ ਇੱਦਾਂ ਦੇ ਕੇਸਿਸ ਜਿਹੜੇ ਕਿ ਪ੍ਰੋਫਾਈਲ ਬਹੁਤ ਵਧੀਆ ਸੀਗਾ ਬਟ +2 ਤੋਂ ਬਾਅਦ ਹਸਬੈਂਡ ਵਾਈਫ ਸੀਗੇ, ਉਹਨਾਂ ਦੇ ਕੇਸਿਸ ਦੇ ਵਿੱਚ ਰਿਫਿਊਜ਼ਲ ਹੋਈ ਹੈ, ਬਟ ਦਿਸ ਇਜ਼ ਨੋਟ ਅ ਕੰਕਲੂਜਨ, ਇਹ ਸਾਹਮਣੇ ਆਉਣੀ ਚੀਜ਼ ਹੋਈ ਹੈ ਸ਼ੁਰੂ। ਸੋ ਵੀ ਵਿਲ ਸੀ ਕਿ ਇਹਦੇ ਵਿੱਚ ਕੀ ਹੈਗਾ, ਕਿੱਦਾਂ
ਇਹਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ ਜਾਂ ਅਲੱਗ ਅਲੱਗ ਕਰਨਾ ਹੈ ਪਲੱਸ ਟੂ ਵਾਲੇ ਸਟੂਡੈਂਟ ਤੱਕ। ਗ੍ਰੈਜੂਏਟ ਕੋਈ ਪ੍ਰੋਬਲਮ ਨਹੀਂ, GNM ਕੀਤੀ ਹੋਈ ਆ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹ ਇੱਕ ਵੱਖਰੀ ਤਰ੍ਹਾਂ ਦਾ ਡਿਪਲੋਮਾ, ਇਟ ਇਜ਼ ਨੋਟ ਕੰਸੀਡਰਡ ਕਿ ਤੁਸੀਂ ਸਿਰਫ ਪਲੱਸ ਟੂ ਤੋਂ ਬਾਅਦ ਅਪਲਾਈ ਕਰ ਰਹੇ ਹੋ। ਸੋ ਆਹ ਮੇਨ ਚੀਜ਼ਾਂ ਸੀਗੀਆਂ ਜੀ ਜਿਹੜੀਆਂ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਸੀਗਾ। ਸੋ ਕਿਸੇ ਵੀ ਕੰਟਰੀ ਅਪਲਾਈ ਕਰੋ, ਕਿਸੇ ਵੀ ਕੰਸਲਟੈਂਟ ਤੋਂ ਅਪਲਾਈ ਕਰੋ, ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਅਪਲਾਈ ਕਰੋ, ਸੋਚ ਸਮਝ ਕੇ ਚੰਗੀ ਤਰ੍ਹਾਂ ਆਪਣੇ ਲੈਵਲ 'ਤੇ ਆਪ ਰਿਸਰਚ ਕਰਕੇ ਅਪਲਾਈ ਕਰੋ। ਗੱਲਾਂ ਬੜੀਆਂ ਨੇ, ਜਿੰਨੀਆਂ ਮਰਜ਼ੀ ਕਰਾ ਲਓ, ਚਾਹੇ ਮੇਰੇ ਤੋਂ ਕਰਾ ਲਓ, ਚਾਹੇ ਪੰਜਾਬ ਦੇ ਬੈਠੇ ਹੋਰ ਕੰਸਲਟੈਂਟ ਤੋਂ ਕਰਾ ਲਓ। ਸਾਰਾ ਦਿਨ ਇਨਵੈਲਪ ਖੁੱਲ੍ਹਦੇ ਨੇ ਜੀ, ਜਦੋਂ ਜਿੰਨੇ ਵੀਜ਼ੇ ਅੰਬੈਸੀ ਨੇ ਨਹੀਂ ਦਿੱਤੇ ਹੁੰਦੇ ਉਨੇ ਵੀਜ਼ੇ ਹਰ ਬੰਦਾ ਆਪਣੇ ਦਫ਼ਤਰ 'ਚ ਬੈਠਾ ਰੋਜ਼ ਤੁਹਾਨੂੰ ਦਿਖਾਈ ਜਾਂਦਾ। ਸੋ ਡਿਸਾਈਡ ਤੁਸੀਂ ਕਰਨਾ, ਕਿਉਂਕਿ ਅਲਟੀਮੇਟਲੀ ਫਾਈਲ ਤੁਹਾਡੀ, ਜੇ ਅਲਟੀਮੇਟਲੀ ਵੀਜ਼ਾ ਤੁਹਾਡਾ, ਲਾਈਫ ਤੁਹਾਡੀ, ਤੁਸੀਂ ਡਿਸਾਈਡ ਕਰਨਾ ਕਦੋਂ, ਕਿੱਥੋਂ ਅਤੇ ਕਿੱਦਾਂ ਉਹ ਐਪਲੀਕੇਸ਼ਨ ਲਗਵਾਉਣੀ ਹੈ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।